ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਰਣਜੀਤ ਸਿੰਘ ਨੰਦ ਸਾਂਝਾ ਪੰਜਾਬ ਲਾਈਵ ਲੈ ਕੇ ਇੱਕ ਵਾਰੀ ਫੇਰ ਸੰਗਤਾਂ ਦੇ ਰੂਬਰੂ ਹੋ ਚੁੱਕਾ ਹੈ। ਜਿਵੇਂ ਕਿ 1 ਜੂਨ ਚੜ੍ਹਦਿਆਂ ਹੀ ਉਹਨਾਂ ਸ਼ਹੀਦਾਂ ਦਾ ਜਿਹੜਾ ਪੁਰਬ ਜਿਹੜਾ ਹੈਗਾ ਸ਼ੁਰੂ ਹੋ ਜਾਂਦਾ ਹੈ, ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਵਿੱਚ ਸ਼ਹੀਦੀਆਂ ਦਿੱਤੀਆਂ। ਮੌਜੂਦਾ ਸਰਕਾਰਾਂ ਨੇ ਜਿਹੜੇ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਜੋ ਨਿਹੱਥੇ ਜਿਹੜੇ ਕਿ ਉੱਥੇ ਮੱਥਾ ਟੇਕਣ ਗਏ ਸੀ ਜਾਂ ਜੋ ਉੱਥੇ ਹੋ ਰਿਹਾ ਸੀ, ਸਾਰਿਆਂ ਨੂੰ ਹੀ ਇਹ ਦਾਸ ਵੱਲੋਂ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ ਸੀ ਪਿਛਲੇ ਦਿਨਾਂ ਦੇ ਵਿੱਚ, ਤੇ ਸਾਰੇ ਹੀ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ। ਤੇ ਨਾਲ ਹੀ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਦੀਆਂ ਸਾਰਿਆਂ ਨੂੰ ਹੀ ਬਹੁਤ ਬਹੁਤ ਵਧਾਈਆਂ ਸਾਂਝਾ ਪੰਜਾਬ ਦੇ ਵੱਲੋਂ। ਤੇ ਪੂਰੀ ਇਹ ਕਹਿੰਦੇ ਨੇ ਕਿ ਖਲਕਤ ਦੇ ਵਿੱਚ ਜਿਹੜਾ ਹੈਗਾ ਆ ਗੁਰਪੁਰਬ ਜਿਹੜਾ ਹੈਗਾ ਮਨਾਇਆ ਗਿਆ ਹੈਗਾ। ਬੇਸ਼ੱਕ ਬਾਹਰ ਦੀਆਂ ਕੰਟਰੀਆਂ ਦੇ ਗੁਰੂ ਘਰ ਜਿਹੜੇ ਹੈਗੇ ਨੇ ਬੰਦ ਨੇ, ਪਰ ਫਿਰ ਵੀ ਉੱਥੇ ਜਿਹੜਾ ਹੈਗਾ ਅੰਦਰ ਜਿਹੜੇ ਹੈਗੇ ਨੇ ਰਾਗੀ ਸਿੰਘ ਨੇ ਜਾਂ ਗ੍ਰੰਥੀ ਸਿੰਘ ਨੇ, ਉਹਨਾਂ ਵੱਲੋਂ ਜਿਹੜਾ ਹੈਗਾ ਆ ਲਾਈਵ ਕਰਕੇ ਜਿਹੜਾ ਹੈਗਾ ਆ ਗੁਰਪੁਰਬ ਜਿਹੜਾ ਹੈਗਾ ਮਨਾਇਆ ਗਿਆ। ਤੇ ਬੜੀ ਸ਼ਰਧਾ ਭਾਵ ਦੇ ਨਾਲ ਇਹ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜਾ ਹੈਗਾ ਆ ਅੱਜ ਗੁਰਪੁਰਬ ਜਿਹੜਾ ਹੈਗਾ ਮਨਾਇਆ ਗਿਆ ਆ। ਅੱਜ ਸਾਡੇ ਨਾਲ ਇਹ ਇੰਟਰਨੈਸ਼ਨਲ BS ਕੌਂਸਲ ਦੇ ਜਿਹੜੇ ਹੈਗੇ ਨੇ ਸਟੇ ਸਕੱਤਰ ਤੇ ਮੀਡੀਆ ਬੁਲਾਰੇ ਰਾਗੀ ਸੁਰਿੰਦਰ ਸਿੰਘ ਜੀ ਆਨੰਦ ਅੱਜ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ, ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਤੇ ਪਹਿਲਾਂ ਫਤਿਹ ਬੁਲਾਉਂਦੇ ਆ ਜੀ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਵੇਂ ਕਿ ਅੱਜ ਕਿਉਂਕਿ ਜੂਨ ਚੜ੍ਹਦਿਆਂ ਸਾਰ ਹੀ ਜਿਹੜਾ ਹੈਗਾ ਆ ਸ਼ਹੀਦੀ ਦਿਹਾੜੇ ਜਿਹੜੇ ਹੈਗੇ ਨੇ ਸ਼ੁਰੂ ਹੋ ਜਾਂਦੇ ਨੇ, ਇਹ ਗੁਰੂ ਅਰਜਨ ਦੇਵ ਮਹਾਰਾਜ ਦਾ, ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਘੱਲੂਘਰ ਆ 1984 ਦਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਜੋ ਸਾਂਝਾ ਪੰਜਾਬ ਜਿੱਥੇ ਜੋ ਮੀਡੀਆ ਜੋ ਲੈ ਕੇ ਸਰਦਾਰ ਰਣਜੀਤ ਸਿੰਘ ਜੀ ਆਨੰਦ ਜੋ ਲੈ ਕੇ ਫਿਰ ਸੰਗਤਾਂ ਦੇ ਹਾਜ਼ਰ ਹੋਏ ਹਨ, ਜੋ ਜੋ ਵੀ ਸੰਗਤਾਂ ਜਿਹੜੀਆਂ ਹਨ ਸਰਵਣ ਕਰ ਰਹੀਆਂ ਹਨ ਜਾਂ ਇਹਨਾਂ ਨੂੰ ਬਾਅਦ ਵਿੱਚ ਵੀ ਆਪ ਜੀ ਨੇ ਸਰਵਣ ਕਰਨਾ ਹੈ ਫੇਸਬੁੱਕ ਤੇ, ਫੇਸਬੁੱਕ ਰਾਹੀਂ ਜੋ ਇਹ ਜੋ ਕਾਲ ਜੋ ਵੀਡੀਓ ਜਿਹੜੀ ਹੈ ਜੋ ਆਪ ਚਲਾ ਰਹੇ ਜੇ, ਜੋ ਚੈਨਲ ਚਲਾ ਰਹੇ ਜੇ, ਉਹ ਜਿੰਨੇ ਵੀ ਮਾਧਿਅਮ ਦੇ ਜਿਤਨੇ ਵੀ ਸੁਣ ਰਹੇ ਹਨ, ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਆਪ ਜੀ ਨੇ ਸਵਾਲ ਕੀਤਾ ਹੈ ਕਿ 1984 ਦਾ ਜੋ ਘੱਲੂਘਾਰਾ ਹੈ, ਇਹ ਜੋ ਘੱਲੂਘਾਰਾ ਜਿੱਥੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਚੱਲਿਆ ਸੀ, ਇਹ ਗੌਰਮੈਂਟਾਂ ਦੀ ਉਸ ਵੇਲੇ ਦੀ ਗੌਰਮੈਂਟ ਦੀ ਇੱਕ ਬਹੁਤ ਵੱਡੀ ਇੱਕ ਸਾਜ਼ਿਸ਼ ਸੀ ਵੀ ਸਿੱਖਾਂ ਨੂੰ ਕਿਵੇਂ ਜਿਹੜਾ ਸੀ ਨੀਵਾਂ ਦਿਖਾਉਣਾ ਹੈ। ਇਹ ਬੜੇ ਚਿਰਾਂ ਤੋਂ ਜਿਹੜੀ ਗੱਲ ਚੱਲ ਰਹੀ ਸੀ ਜੋ ਉਸ ਵੇਲੇ ਦੀ ਹਕੂਮਤ ਜਿਹੜੀ ਸੀ, ਕਿਉਂਕਿ ਦਾਸ ਨੇ ਪਿੱਛੇ ਕਰਕੇ ਅੱਜ ਤੋਂ 2-3 ਦਿਨ ਪਹਿਲਾਂ ਵੀ ਜੋ ਸਿੱਖ ਚੈਨਲ ਦੇ ਉੱਤੇ ਲਾਈਵ ਪ੍ਰੋਗਰਾਮ ਦੇ ਵਿੱਚ ਵੀ ਜੋ ਇਹ ਗੱਲ ਕਹੀ ਸੀ ਕਿ ਜਦੋਂ 1978 ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ 1975 ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 300 ਸਾਲਾ ਸ਼ਹੀਦੀ ਪੁਰਬ ਜਿਹੜਾ ਹੈ ਬਹੁਤ ਸੰਸਾਰ ਪੱਧਰ ਦੇ ਉੱਤੇ ਮਨਾਇਆ ਗਿਆ ਸੀ ਅਤੇ ਦਿੱਲੀ ਦੇ ਵਿੱਚ ਮਨਾਇਆ ਗਿਆ, ਅਤੇ ਉੱਥੇ ਵੀ ਜੋ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੋ ਪੰਜਾਬ ਦੇ ਵਿੱਚ ਉਹ ਨਗਰ ਕੀਰਤਨ ਲੈ ਕੇ ਜੋ ਉੱਥੇ ਜੋ ਪਹੁੰਚੇ ਸਨ ਦਿੱਲੀ, ਤੇ ਹਾਂਜੀ ਉੱਥੇ ਮਤਲਬ ਕਿ ਸੰਗਤਾਂ ਜਿਹੜੀਆਂ ਸਨ ਬਹੁਤ ਵੱਡਾ ਜਿਹੜਾ ਉੱਥੇ ਇਕੱਠ ਹੋਇਆ ਤੇ ਜੋ ਨਗਰ ਕੀਰਤਨ ਉੱਥੇ ਨਿਕਲਣਾ ਸੀ, ਅਤੇ ਉਸ ਨਗਰ ਕੀਰਤਨ ਦੇ ਵਿੱਚ ਸਭ ਤੋਂ ਅੱਗੇ ਜਿਹੜੇ ਹਨ 5 ਪਿਆਰੇ, ਫਿਰ ਘੋੜ ਸਵਾਰ, ਅਤੇ ਫਿਰ ਉਸ ਤੋਂ ਬਾਅਦ ਅੱਗੇ ਘੋੜ ਸਵਾਰ, 5 ਪਿਆਰੇ, ਅਤੇ ਫਿਰ ਆਪਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੱਥੇ ਜੋ ਨਾਲ ਚੱਲਣੀ ਸੀ ਪਾਲਕੀ ਉਹਨਾਂ ਦੀ ਚੱਲਣੀ ਸੀ, ਪਰ ਉਸ ਵੇਲੇ ਦੀ ਹਕੂਮਤ ਜਿਹੜੀ ਹੈ ਜੋ ਇੰਦਰਾ ਗਾਂਧੀ ਜੋ ਉਸ ਵੇਲੇ ਦੀ ਪ੍ਰਧਾਨ ਮੰਤਰੀ, ਉਹਨੇ ਆਪਣੀ ਗੱਡੀ ਜਿਹੜੀ ਸੀ ਆਪਣੀ ਕਾਰ ਜਿਹੜੀ ਸਭ ਤੋਂ ਮੂਹਰੇ ਲਾਈ ਹੋਈ ਸੀ,
ਤੇ ਪਿੱਛੇ ਜਿਹੜੇ ਹਨ ਪੰਜ ਪਿਆਰੇ ਸਨ ਜਾਂ ਘੋੜ ਸਵਾਰ ਜਾਂ ਮਹਾਰਾਜ ਦੀ ਸਵਾਰੀ ਜੋ ਪਿੱਛੇ ਚੱਲੇ। ਜਦੋਂ ਇਸ ਚੀਜ਼ ਦਾ ਪਤਾ ਲੱਗਾ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰ ਵਾਲਿਆਂ ਨੂੰ, ਉਹਨਾਂ ਨੇ ਬਹੁਤ ਵੱਡਾ ਇੱਕ ਰੋਸ ਜਿਹੜਾ ਹੈ ਉਦੋਂ ਉੱਥੋਂ ਦੇ ਪ੍ਰਬੰਧਕਾਂ ਦੇ ਨਾਲ ਕੀਤਾ, ਅਤੇ ਉਹਨਾਂ ਨੇ ਕਿਹਾ ਵੀ ਉਨਾ ਚਿਰ ਨਗਰ ਕੀਰਤਨ ਹੈ ਜਿਹੜਾ ਅੱਗੇ ਨਹੀਂ ਚੱਲੇਗਾ ਜਿੰਨਾ ਚਿਰ ਇਸ ਇੰਦਰਾ ਗਾਂਧੀ ਦੀ ਭਾਵੇਂ ਦੇਸ਼ ਦੀ ਪ੍ਰਧਾਨ ਮੰਤਰੀ ਹੈ, ਪਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੇ ਹਿੰਦੀ ਚਾਦਰ ਜਿਹੜੇ ਅਖਵਾਏ ਹਨ, ਜਿਨ੍ਹਾਂ ਨੇ ਹਿੰਦੂ ਦੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਵਡੋ ਕਿਲੋ ਕਿਨੋ ਮੈਂ ਸਾਕਾ, ਜਿੱਥੇ ਹਿੰਦੂਆਂ ਦੀ ਰਾਖੀ ਖਾਤਰ ਜਿਹੜਾ ਉਹਨਾਂ ਨੇ ਸੀਸ ਬਲੀਦਾਨ ਦਿੱਤਾ, ਤੇ ਜੋ ਇਹ ਅੱਜ ਭਾਵੇਂ ਪ੍ਰਧਾਨ ਮੰਤਰੀ ਹੈ ਪਰ ਗੁਰੂ ਤੋਂ ਵੱਡੀ ਨਹੀਂ, ਇਸ ਕਰਕੇ ਵੀ ਉਹਨਾਂ ਦੀ ਗੱਡੀ ਜਿਹੜੀ ਸਭ ਤੋਂ ਪਿੱਛੇ ਜਿਹੜੀ ਫਿਰ ਲਵਾਈ ਗਈ ਸੀ ਜੋ ਨਗਰ ਕੀਰਤਨ ਨਿਕਲਿਆ ਸੀ ਸਭ ਤੋਂ ਪਿੱਛੇ, ਇਹ ਉਸ ਸਮੇਂ ਦੀਆਂ ਇੱਕ ਸਾਜ਼ਿਸ਼ਾਂ ਜਿਹੜੀਆਂ ਸਨ ਬੜੀਆਂ ਤਗੜੀਆਂ ਜਿਹੜੀਆਂ ਚੱਲ ਰਹੀਆਂ ਸਨ, ਜਿਹੜੀਆਂ ਇਹ ਸਾਜ਼ਿਸ਼ਾਂ ਅੱਜ ਜਿਹੜੀਆਂ ਫਿਰ ਸਾਹਮਣੇ ਜਿਹੜੀਆਂ ਪ੍ਰਗਟ ਹੋਈਆਂ, ਤੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿੱਥੇ ਜੋ ਪਹਿਲਾਂ 1 ਜੂਨ ਚੱਲਿਆ, ਫਿਰ 2 ਜੂਨ ਨੂੰ ਵੀ ਜਿਹੜਾ ਉੱਥੇ ਜੋ ਐਸੇ ਸਾਕੇ ਹੁੰਦੇ ਰਹੇ ਨੇ, 3 ਜੂਨ ਨੂੰ ਵੀ ਬੜੇ ਵੱਡੇ ਉੱਥੇ ਸਾਕੇ ਹੋਏ, ਫਿਰ ਇਹਨਾਂ ਨੇ ਕਰਫਿਊ ਦੇ ਵਿੱਚ ਢਿੱਲ ਵੀ ਦੇ ਦਿੱਤੀ, ਅਤੇ ਉਸਦੇ ਨਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਜਿਹੜਾ ਮਨਾਇਆ ਜਾ ਰਿਹਾ ਸੀ। ਜਦੋਂ ਇਹਨਾਂ ਨੂੰ ਪਤਾ ਸੀ ਕਿ ਜੇ ਇੱਥੇ ਲੜਾਈ ਝਗੜਾ ਜਾਂ ਇੱਥੇ ਕੋਈ ਐਸੀ ਵਾਰਦਾਤ ਤੁਸੀਂ ਕਰ ਲੱਗੇ ਜੇ, ਤੇ ਨਿਹੱਥੇ ਜਿਹੜੇ ਗੁਰੂ ਦੀਆਂ ਸੰਗਤਾਂ ਜਿਹੜੀਆਂ ਉੱਥੇ ਗਈਆਂ ਸਨ ਨਮਸਤ ਹੋਣ, ਫਿਰ ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਜਾਣਾ ਚਾਹੀਦਾ। ਇਹਨਾਂ ਨੂੰ ਜਾਣ ਬੁੱਝ ਕੇ ਉਹ ਸੰਗਤਾਂ ਨੂੰ ਜਿਹੜਾ ਅੰਦਰ ਦਰਬਾਰ ਸਾਹਿਬ ਵਿੱਚ ਜਾਣ ਦਿੱਤਾ, ਹਜ਼ਾਰਾਂ ਦੀ ਤਦਾਦ ਸੰਗਤਾਂ ਅੰਦਰ ਗਈਆਂ, ਛੋਟੇ ਛੋਟੇ ਬੱਚੇ ਅੰਦਰ ਗਏ ਸਨ। ਉਹ ਤੋਂ ਬਾਅਦ ਫਿਰ ਇਹਨਾਂ ਨੇ ਦੁਬਾਰਾ ਫਿਰ ਜਿਹੜਾ ਉਹ ਕਰਫਿਊ ਲਾ ਕੇ, ਤੇ ਉਹਨਾਂ ਨਿਹੱਥੇ ਬੱਚਿਆਂ ਨੂੰ ਜਿੱਥੇ 2-2 ਸਾਲ ਬੱਚਿਆਂ ਨੂੰ, 5-5 ਸਾਲ ਦੇ ਬੱਚਿਆਂ ਨੂੰ ਦੋਣਾਂ ਲੱਤਾਂ ਤੋਂ ਫੜ ਕੇ ਪਾੜ ਦਿੱਤਾ ਗਿਆ, ਤੇ ਐਸੀਆਂ ਸੰਗਤਾਂ ਦੇ ਉੱਤੇ ਜਿਹੜੇ ਤਸੀਹੇ ਦਿੱਤੇ ਗਏ, ਅਤੇ ਉਹ ਘੱਲੂਘਾਰਾ ਜਿਹਦੀ ਅਣਖਤ ਸ਼ਾਨ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹਨਾਂ ਨੇ ਸ਼ਹਾਦਤ ਦਾ ਪਿਆਲਾ ਜਿਹੜਾ ਹੈ ਉੱਥੇ ਜੋ ਕਾਲ ਤਖ਼ਤ ਦੀ ਰਾਖੀ ਗੁਰਮਰਜ਼ਾਦਾ ਦੀ ਰਾਖੀ ਕਰਨ ਵਾਸਤੇ, ਕਿਉਂਕਿ ਉਹਨਾਂ ਦੇ ਵਿੱਚ ਕੋਈ ਐਸੀ ਸਿਆਸਤ ਨਹੀਂ ਸੀ, ਉਹ ਸੱਚ ਗੱਲ ਕਰਦੇ ਸਨ। ਅੱਜ ਜਿਹੜੀ ਸਿਆਸਤ ਜਿਹੜੀ ਹੈ ਗੰਦੀ ਹੋ ਚੁੱਕੀ ਹੈ, ਸਿਆਸਤ ਦੇ ਰਹਿ ਕਿ ਜਿੰਨਾ ਜ਼ਿਆਦਾ ਕੋਈ ਝੂਠ ਬੋਲ ਲਵੇ ਉਨਾ ਹੀ ਘੱਟ ਹੈ, ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰ ਵਾਲੇ ਉਹਨਾਂ ਦੇ ਵਿੱਚ ਸੱਚ ਦੀ ਗੱਲ ਸੀ, ਉਹ ਸੱਚ ਦੀ ਗੱਲ ਕਹਿੰਦੇ ਸਨ। ਉਹ ਕੋਈ ਐਸੀ ਕੋਈ ਮਾੜੀ ਗੱਲ ਨਾ ਕਿਸੇ ਹਿੰਦੂਆਂ ਦੇ ਖਿਲਾਫ਼ ਕਹਿੰਦੇ ਸਨ ਨਾ ਹੋਰ ਕਿਸੇ ਦੇ ਖਿਲਾਫ਼ ਕਹਿੰਦੇ ਸਨ, ਪਰ ਉਹ ਸੱਚ ਦੀ ਗੱਲ, ਪਰ ਉਦੋਂ ਦੀ ਹਕੂਮਤ ਜਿਹੜੀ ਉਹਨਾਂ ਸੱਚ ਜਿਹੜਾ ਬੜਾ ਚੁੱਭ ਰਿਹਾ ਸੀ। ਤੋ ਵੇਖੋ ਨਿਹੱਥੇ ਜੋ ਸੰਗਤਾਂ ਨੂੰ ਜਿਹੜੇ ਉੱਥੇ ਕੋਹ ਕੋਹ ਕੇ ਇਹਨਾਂ ਨੇ ਮਾਰਿਆ, ਪਿਆਸ ਤੋਂ ਇਹਨਾਂ ਨੇ ਮਾਰਿਆ, ਅਤੇ ਫਿਰ ਅੱਜ ਦੇ ਦਿਨ ਜਿਹੜੇ ਹਨ ਜੋ ਭਾਈ ਮਰੀ ਸਿੰਘ ਜੀ ਜੋ ਉਸ ਵੇਲੇ ਫੈਡਰੇਸ਼ਨ ਦੇ ਪ੍ਰਧਾਨ ਸਨ ਉਹਨਾਂ ਨੇ ਵੀ, ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰ ਵਾਲੇ ਅਤੇ ਜਨਰਲ ਸੁਵੇਗ ਸਿੰਘ ਜੀ ਅਤੇ ਹੋਰ ਉਹਨਾਂ ਦੇ ਨਾਲ ਸੈਂਕੜੇ ਸਿੰਘਾਂ ਨੇ ਜਿਹੜੀਆਂ ਜੋ ਉੱਥੇ ਸ਼ਹੀਦੀਆਂ ਜਿਹੜੀਆਂ ਦਿੱਤੀਆਂ ਸਨ, ਤੇ ਅੱਜ ਉਹ 84 ਦਾ ਘੱਲੂਘਾਰਾ ਜਿਹੜਾ ਹੈ ਮਨਾਇਆ ਜਾ ਰਿਹਾ ਹੈ। ਸਾਡੀ ਜਿਹੜੀ ਹੈ ਉਸ ਵਾਹਿਗੁਰੂ ਚਰਨਾਂ ਚ ਅਰਦਾਸ ਹੈ, ਬੇਨਤੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹਨਾਂ ਨੇ ਅਣਖ ਅਤੇ ਸ਼ਾਨ ਵਾਸਤੇ ਅਤੇ ਗੁਰੂ ਦੀ ਮਰਜ਼ਾਦਾ ਨੂੰ ਕਾਇਮ ਰੱਖਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ, ਉਹਨਾਂ ਨੂੰ ਲੱਖ ਲੱਖ ਪ੍ਰਣਾਮ ਹੈ। ਤੇ ਨਾਲ ਹੀ ਨਾਲ ਜਿੱਥੇ ਅੱਜ ਸਾਹਿਬ ਸ੍ਰੀ ਗੁਰੂ, ਇੱਕ ਚੀਜ਼ ਹੋਰ ਗਿਆਨੀ ਜੀ, ਸ਼ਾਇਦ ਤੁਹਾਡੇ ਸ਼ਾਇਦ ਆਇਆ ਹੋਵੇ ਤੁਹਾਡੇ ਫੋਨ ਦੇ ਵਿੱਚ ਵੀ ਫੇਸਬੁੱਕ ਦੇ ਜ਼ਰੀਏ, ਕਿ ਅੱਜ ਜਿਹੜਾ ਹੈਗਾ ਆ ਅੱਜ ਦਰਬਾਰ ਸਾਹਿਬ ਦੇ ਵਿੱਚ ਸਿੰਘਾਂ ਨੂੰ ਅੰਦਰ ਜਿਹੜਾ ਹੈਗਾ ਆ ਐਂਟਰ ਨਹੀਂ ਕਰਨ ਦਿੱਤਾ ਗਿਆ ਹੋਇਆ, ਕਾਫੀ ਜਿਹੜਾ ਹੈਗਾ ਜਿਹੜਾ ਮੁਜ਼ਾਹਰਾ ਜਿਹੜਾ ਹੈਗਾ ਆ ਸਰਕਾਰ ਪ੍ਰਤੀ ਜਿਹੜਾ ਹੈਗਾ ਆ ਉਹ ਬਾਹਰ ਜਿਹੜਾ ਹੈਗਾ ਧਰਨਾ ਲਾ ਕੇ ਕੀਤਾ ਗਿਆ, ਇਹਦੇ ਬਾਰੇ ਕੁਛ ਦੱਸੋਗੇ ਕਿ ਕੀ ਇਹ ਸਰਕਾਰ? ਇਹਦੇ ਵਿੱਚ ਇਸ ਤਰ੍ਹਾਂ ਗਿਆ ਸੀ ਵੀ ਜਲੰਧਰ ਤੋਂ ਵੀ ਕਾਫੀ ਸਿੰਘ ਜਿਹੜੇ ਗਏ ਸਨ, ਕਿਉਂਕਿ ਸਵੇਰੇ ਮੈਨੂੰ ਉਹਨਾਂ ਦੇ ਤਕਰੀਬਨ 2:30-3 ਵਜੇ ਦਾ ਟਾਈਮ ਸੀ, ਰਾਤ ਦਾ ਇੱਥੇ ਦਾ ਯੂਕੇ ਦਾ,
ਤੇ ਉੱਥੋਂ ਸਿੰਘਾਂ ਦੀਆਂ ਜਿਹੜੀਆਂ ਜਿਹੜੀਆਂ ਵੀਡੀਓ ਜਿਹੜੀਆਂ ਆ ਰਹੀਆਂ ਸਨ, ਤੇ ਬਾਹਰ ਜਿਹੜਾ ਹੈ ਨਾ ਜਿੱਥੇ ਜੋ ਅੰਦਰ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਦਰ ਨੂੰ ਐਂਟਰ ਹੋਈਦਾ ਹੈ, ਉਹ ਤੋਂ ਬਾਹਰ ਜਿਹੜੇ ਹਨ ਕਾਫੀ ਸਿੰਘ ਜਿਹੜੇ ਬਾਹਰ ਜਿਹੜੇ ਸਨ ਰੋਸ ਮੁਜ਼ਾਹਰਾ ਜਿਹੜੇ ਕਰ ਰਹੇ ਸਨ, ਇਹਨਾਂ ਦਾ ਮਨ ਦੇ ਵਿੱਚ ਜਿਹੜਾ ਸਰਕਾਰਾਂ ਦੇ ਮਨ ਚ ਡਰ ਭਾਓ ਕੋਈ ਐਸਾ ਪਤਾ ਨਹੀਂ ਕਿਉਂ ਜਿਹੜਾ ਹੈ ਕਿ ਐਸਾ ਪਿਆ ਜਾਂਦਾ ਹੈ, ਕਿਉਂਕਿ ਉੱਥੇ ਕੋਈ ਇੰਨੀ ਸੰਗਤ ਵੀ ਨਹੀਂ ਸੀ, ਤੇ ਇਹਨਾਂ ਨੂੰ ਚਾਹੀਦਾ ਸੀ ਵੀ ਉਹ ਜਿਹੜੀਆਂ ਸੰਗਤਾਂ ਜਿਹੜੀਆਂ ਵੇਖੋ ਐਡੀਆਂ ਚੌੜੀਆਂ ਪਰਿਕਰਮਾ ਹਨ, ਜੇ ਕਹਿੰਦੇ ਨੇ ਵੀ ਥੋੜਾ ਦੂਰੀ ਦੀ ਵਿੱਥ ਤੇ ਵੀ ਰਹਿਣਾ ਹੈ ਤੇ ਉੱਥੇ 150 ਜੇ ਜਾ ਕੇ ਵੀ ਉਹਨਾਂ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰ ਸਕਦਾ ਹੈ, ਪਰ ਇਹਨਾਂ ਦੇ ਮਨ ਦੇ ਵਿੱਚ ਜਿਹੜਾ ਪਤਾ ਨਹੀਂ ਕਿਉਂ ਐਸੀ ਕਾਲਖ ਜਿਹੜੀ ਹੈ ਬੜੀ ਹੋਈ ਹੈ, ਉਹਨਾਂ ਨੂੰ ਬਾਹਰ ਹੀ ਜਿਹੜਾ ਰੋਕਿਆ ਗਿਆ। ਮੈਨੂੰ ਵੀ ਸਵੇਰੇ ਜਿਹੜੇ ਉਹਨਾਂ ਦੀਆਂ ਕਾਫੀ ਜੋ ਵੀਡੀਓ ਕਾਲਾਂ ਵੀ ਉਹਨਾਂ ਦੀਆਂ ਆਈਆਂ ਹਨ, ਤੇ ਇਹ ਗਵਰਨਮੈਂਟਾਂ ਦੀਆਂ ਪਤਾ ਨਹੀਂ ਕੀ ਐਸੀਆਂ ਚਾਲਾਂ ਜਿਹੜੀਆਂ ਇਹਨਾਂ ਦੀਆਂ ਚੱਲ ਰਹੀਆਂ। ਤੇ ਪਰ ਅੱਜ ਵੀ ਫਿਰ ਵੀ ਇਹ ਕਿਉਂ ਸਰਕਾਰਾਂ ਜਿਹੜੀਆਂ ਹੈਗੀਆਂ ਕਿਉਂ ਇਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਹੈਗਾ ਆ ਇਹ ਡਰ ਜਿਹੜਾ ਹੈਗਾ ਬੈਠਾ ਹੋਇਆ ਕਿ ਸ਼ਾਇਦ ਕੀ ਕਹਿੰਦੇ ਨੇ ਦਰਬਾਰ ਸਾਹਿਬ ਦੇ ਅੰਦਰ ਉਹੀ ਮਾਹੌਲ ਜਿਹੜਾ ਹੈਗਾ, ਕਿਉਂਕਿ ਉਹ ਤੇ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਕਰਨ ਜਾਂਦੇ ਨੇ, ਮੱਥਾ ਟੇਕਣ ਜਾਂਦੇ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨੇ, ਉਹ ਯਾਦਾਂ ਜਿਹੜੀਆਂ ਹੈਗੀਆਂ ਨੇ ਤਾਜ਼ੀਆਂ ਕਰਨ ਜਾਂਦੇ ਨੇ, ਪਰ ਉਹ ਥੋੜਾ ਕੀ ਇਹਦਾ ਮਤਲਬ ਕਿ ਉਹ ਜੋ 1984 ਦੇ ਵਿੱਚ ਹੋਇਆ ਤੇ ਉਹੀ ਭਾਵਨਾ ਲੈ ਕੇ ਉਹ ਅੰਦਰ ਬੈਠਣਗੇ ਜਾਂ ਉਹੀ ਚੀਜ਼ ਦੁਬਾਰਾ ਹੋਏਗੀ? ਨਹੀਂ, ਐਸੀ ਤੇ ਕੋਈ ਗੱਲ ਹੈ ਹੀ ਨਹੀਂ, ਕਿਉਂਕਿ ਜਿਹੜੇ ਸਾਰੇ ਵੀ ਉੱਥੇ ਜਾਂਦੇ ਵੇਖੋ ਪੁਲਿਸ ਦਾ ਵੀ ਬਾਹਰ ਕਿੱਡਾ ਵੱਡਾ ਜੋ ਪਹਿਰਾ ਲੱਗਾ ਹੈ, ਹੁਣ ਕਿਹੜਾ ਕਿਸੇ ਨੇ ਕੋਈ ਹਥਿਆਰ ਲੈ ਕੇ ਉੱਥੇ ਜੋ ਉੱਥੇ ਅੰਦਰ ਪਹੁੰਚਣਾ ਸੀ ਜਾਂ ਕੋਈ ਗੱਲ ਕਰਨਾ ਸੀ, ਉਹ ਤੇ ਸ਼ਹੀਦਾਂ ਨੂੰ ਜਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣਾ ਸੀ ਜਾਂ ਅਕਾਲ ਤਖ਼ਤ ਦੇ ਉੱਤੇ ਜੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਸਨ, ਜਿੱਥੇ ਜੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਅਕਾਲ ਤਖ਼ਤ ਦੇ ਜਥੇਦਾਰ ਨੇ ਉਹਨਾਂ ਨੇ ਵੀ ਸੰਬੋਧਨ ਕੀਤਾ ਹੈ, ਅਤੇ ਹੋਰ ਉੱਥੇ ਗੁਰਬਾਣੀ ਦਾ ਕੀਰਤਨ ਵੀ ਹੋਇਆ ਹੈ, ਤੇ ਥੋੜੇ ਜਿਹੇ ਸਿੰਘ ਜਿਹੜੇ ਉੱਥੇ ਬੈਠੇ ਹਨ, ਤੇ ਉਹ ਵੀ ਜਿਹੜੇ ਸਿੰਘ ਬੈਠੇ ਹਨ ਪੂਰੇ ਪੂਰੇ ਸਿੰਘ ਨਹੀਂ ਸੀ ਉੱਥੇ, ਮੈਂ ਦੇਖਿਆ ਵੀ ਉਹ ਫੋਟੋ ਜਿਹੜੀਆਂ ਦਿਸ ਰਹੀਆਂ ਸਨ, ਤੇ ਜੇ ਵਿੱਚੋਂ 150 ਜੇ 200 ਅੰਦਰ ਚਲੇ ਵੀ ਜਾਂਦੇ ਤੇ ਉੱਥੇ ਜੇ 200 ਕੀ 500-700 ਵੀ ਅੰਦਰ ਚਲੇ ਜਾਂਦੇ ਤੇ ਕੋਈ ਇੰਨਾ ਫਰਕ ਵੀ ਨਹੀਂ ਸੀ ਪੈਣਾ, ਵੀ 150 ਹੀ ਜੇ ਪੂਰੇ ਜੋ ਆਪਣੇ ਸਿੱਖੀ ਸਰੂਪ ਦੇ ਵਿੱਚ ਜਿਹੜੇ ਸਿੰਘ ਗਏ ਸਨ ਪਰ ਕਿਸੇ ਨੂੰ ਅੰਦਰ ਜਾਣ ਨਹੀਂ ਦਿੱਤਾ, ਉਹ ਬਾਹਰ ਹੀ ਜਿਹੜੇ ਸਨ ਬਾਹਰ ਬੈਠੇ ਸਨ, ਉਹਨਾਂ ਵੀਡੀਓ ਬਣਾਈਆਂ ਤੇ ਕਈਆਂ ਸਿੰਘਾਂ ਨੇ ਅੰਦਰ ਵੀਡੀਓ ਬਣਾ ਕੇ ਜਿਹੜੀਆਂ ਨਸਰ ਵੀ ਕੀਤੀਆਂ ਹਨ, ਇਸ ਕਰਕੇ ਸਰਕਾਰਾਂ ਦੇ ਮਨ ਦੇ ਵਿੱਚ ਪਤਾ ਨਹੀਂ ਕਿਉਂ ਐਸਾ ਡਰ ਕਿਉਂ ਵੀ, ਕਿਉਂਕਿ ਉਹ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲਾ ਉਹਦੇ ਤਸਵੀਰਾਂ ਜਿਹੜੀਆਂ ਵੇਖੋ ਨਾ ਜੇ ਕਿਤੇ ਲੱਗੀਆਂ ਹੋਣ ਕਾਰਾਂ ਤੇ ਲੱਗੀਆਂ ਹੋਣ ਜਾਂ ਕਿਤੇ ਐਸੀ ਜਗ੍ਹਾ ਤੇ ਲੱਗੀਆਂ ਹੋਣ ਤੇ ਉਹੀ ਡਰ ਜਿਹੜਾ ਇੰਨਾ ਵੀ ਤਸਵੀਰਾਂ ਤੋਂ ਡਰੀ ਜਾਂਦੇ ਹਨ ਵੀ ਇਹ ਤਸਵੀਰ ਜਿਹੜੀ ਹੈ ਕਿਉਂ ਲੱਗੀ ਹੈ ਫਲਾਣਾ ਜਾਂ ਅੰਦਰ ਕਿਉਂ ਲੱਗੀ, ਕਿੰਨਾ ਵਿਰੋਧ ਕਰਦੇ ਹਨ, ਤੇ ਸੋ ਜਿਹੜਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਸਾਰਿਆਂ ਦਾ ਸਤਿਕਾਰ ਕਰਦੇ ਸਨ, ਸਾਰਿਆਂ ਧਰਮਾਂ ਦਾ ਸਤਿਕਾਰ ਕਰਦੇ ਰਹੇ ਨੇ, ਇਹ ਨਹੀਂ ਇੱਕ ਧਰਮ ਦਾ, ਉਹ ਸਾਰਿਆਂ ਭਾਵੇਂ ਕੋਈ ਮੁਸਲਮਾਨ ਸੀ ਕੋਈ ਹਿੰਦੂ ਵੀਰ ਸੀ, ਵੇਖੋ ਵੀ ਉਹਨਾਂ ਨੇ ਹਿੰਦੂਆਂ ਦੀਆਂ ਬੇਟੀਆਂ ਜਿਹੜੀਆਂ ਵਸਾਈਆਂ ਨਹੀਂ ਸੀ ਜਾਂਦੀਆਂ ਜਿਨ੍ਹਾਂ ਦੇ ਸਹੁਰੇ ਪਰਿਵਾਰ ਉਹਨਾਂ ਨੂੰ ਤੰਗ ਕਰਦੇ ਸਨ, ਤੇ ਸੰਤ ਕਰਤਾਰ ਸਿੰਘ ਜੀ ਆਪਣੇ ਜੋ ਉਹਨਾਂ ਦੇ ਜੋ ਖਾਸ ਜਿਹੜੇ ਉਹਨਾਂ ਦੇ ਨਾਲ ਨਜ਼ਦੀਕੀ ਜਿਹੜੇ ਉਹਨਾਂ ਦੇ ਸੱਜਣ ਸਨ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਸਮਝਾਉਂਦੇ ਸਨ, ਅੱਜ ਵੀ ਉਹ ਬੱਚੀਆਂ ਜਿਹੜੀਆਂ ਹਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਾਂ ਵਾਲਿਆਂ ਨੂੰ ਪ੍ਰਣਾਮ ਕਰਦੀਆਂ ਹਨ ਵੀ ਜਿਹਨਾਂ ਨੇ ਸਾਡੇ ਘਰ ਟੁੱਟਦੇ ਜਿਹੜੇ ਸੰਤਾਂ ਮਹਾਂਪੁਰਸ਼ਾਂ ਨੇ ਸਾਡੇ ਘਰ ਬਣਾ ਦਿੱਤੇ ਹਨ, ਉਹ ਤੇ ਕੋਈ ਐਸੀ ਉਹਨਾਂ ਦੇ ਮਨ ਦੇ ਵਿੱਚ ਕੋਈ ਐਸੀ ਭਾਵਨਾ ਨਹੀਂ ਸੀ, ਪਰ ਗੌਰਮੈਂਟਾਂ ਦੇ ਵਿੱਚ ਜਿਹੜੀ ਐਸੀ ਸੀ ਵੀ ਕਿਉਂਕਿ ਉਹ ਸੱਚ ਦੀ ਲੜਾਈ ਲੜੇ ਸਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਾਂ ਵਾਲੇ, ਪਰ ਅੱਜ ਸੱਚ ਦੀ ਗੱਲ ਨਹੀਂ, ਅੱਜ ਝੂਠ ਦਾ ਪਸਾਰਾ ਹੈ, ਕੂੜ ਫਿਰ ਪ੍ਰਧਾਨਵੇਂ ਲਾ ਲਓ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੇ ਅੱਜ ਤੋਂ 500 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸ਼ਰਮ ਧਰਮ ਤੋਂ ਛੱਪ ਖਲੇ ਕੂੜ ਫਿਰ ਪ੍ਰਧਾਨਵੇਂ ਲਾ ਲਓ, ਤੇ ਇਹ ਸ਼ਰਮ ਧਰਮ ਦੀ ਜਿਹੜੀ ਗੱਲ ਜਿਹੜੀ ਰਹਿ ਨਹੀਂ ਗਈ, ਸਾਰੇ ਪਾਸੇ ਕੂੜ ਦਾ ਝੂਠ ਦਾ ਹੀ ਜਿਹੜਾ ਪਸਾਰਾ ਹੈ,
ਇਸ ਕਰਕੇ ਸਾਰੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਸੰਸਾਰ। ਬਿਲਕੁਲ ਜੀ ਬਿਲਕੁਲ, ਅਤੇ ਨਾਲ ਹੀ ਚੱਲਦੇ ਆ ਜੀ ਅੱਜ ਬੜੀ ਸ਼ਰਧਾ ਭਾਵਨਾ ਨਾਲ ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਾ ਸਮੁੱਚੀ ਮਾਨਵਤਾ ਨੇ ਜਿਹੜਾ ਹੈਗਾ ਗੁਰਪੁਰਬ ਜਿਹੜਾ ਹੈਗਾ ਮਨਾਇਆ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਉੱਥੇ ਜਿੱਥੇ ਆਪ ਨੇ ਜੋ ਕਾਫੀ ਸਾਖੀਆਂ ਵੀ ਜਾਂ ਗੁਰਬਾਣੀ ਕੀਰਤਨ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੀ ਜੋ ਆਪ ਜੀ ਨੇ ਜੋ ਸ਼ਬਦ ਸਰਵਣ ਕੀਤੇ ਹਨ, ਪੂਤਾ ਮਾਤਾ ਕੀ ਅਸੀਸ ਨਿਮਖਣਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼, ਅਤੇ ਹੋਰ ਸ਼ਬਦ ਜਿਹੜੇ ਹਨ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰਸੂਰਮਾ ਬੜ ਜੋਦਾ ਪੋ ਪਰਪਕਾਰੀ, ਐਸੇ ਮਹਾਨ ਗੁਰੂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਜਿਹੜੇ ਹਨ ਉਹਨਾਂ ਦਾ ਪ੍ਰਕਾਸ਼ ਹੋਇਆ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਇੱਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖੋ ਕਿਤਨੀ ਵਡਿਆਈ ਦਿੱਤੀ, ਉਹ ਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਪਰ ਜਿਹੜੀ ਸਮਰਥਾ ਸੀ ਉਹਨਾਂ ਦੇ ਵਿੱਚ, ਪਰ ਬਾਬਾ ਬੁੱਢਾ ਸਾਹਿਬ ਜੀ ਨੂੰ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੇ ਕਾਫੀ ਸੰਗਤ ਜਿਹੜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ, ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵੇਖੋ ਸੰਗਤ ਜਿਹੜੀ ਉਹਨਾਂ ਨੇ ਕੀਤੀ, ਤੇ ਉਹਨਾਂ ਨੂੰ ਵਡਿਆਈ ਜਿਹੜੀ ਉਹਨਾਂ ਦਿੱਤੀ ਸੀ, ਤੇ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਜਿੱਥੇ ਉਹਨਾਂ ਨੇ ਐਸੇ ਬਚਨ ਕਹੇ ਕਿ ਤੁਹਾਡੇ ਗ੍ਰਹਿ ਵਿਖੇ ਐਸਾ ਮਹਾਂ ਵੀਰ ਜਿਹੜਾ ਇੱਕ ਐਸਾ ਯੋਧਾ ਜਿਹੜਾ ਹੈ ਤੁਹਾਡੇ ਘਰ ਜਿਹੜਾ ਪ੍ਰਕਾਸ਼ ਹੋਵੇਗਾ, ਤੇ ਅੱਜ ਜਿਵੇਂ ਉਹਨਾਂ ਦੇ ਘਰ ਪ੍ਰਕਾਸ਼ ਜਿੱਥੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਕਿਉਂਕਿ ਉਹਨਾਂ ਦੇ ਜੋ ਜਨਮ ਸਥਾਨ ਜਿਹੜਾ ਗੁਰੂ ਕੀ ਵਡਾਲੀ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ, ਤੇ ਜੋ ਆਪ ਜੀ ਨੇ ਸੁਣਿਆ ਹੀ ਹੈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੇ ਪਿਤਾ ਜੀ ਅਤੇ ਮਾਤਾ ਜੀ ਮਾਤਾ ਗੰਗਾ ਜੀ ਸਨ, ਤੇ ਜਿੱਥੇ ਉਹਨਾਂ ਦੇ ਸੰਤਾਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੰਜ ਸਪੁੱਤਰ ਸਨ, ਸਭ ਤੋਂ ਵੱਡਾ ਬਾਬਾ ਗੁਰਦਿੱਤਾ ਜੀ, ਤੇ ਸ੍ਰੀ ਸੂਰਜਮਲ ਜੀ, ਸ੍ਰੀ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਤੇ ਸਭ ਤੋਂ ਛੋਟੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਤੇ ਇੱਕ ਉਹਨਾਂ ਦੀ ਸਪੁੱਤਰੀ ਸੀ ਬੀਬੀ ਵੀਰੋ ਜੀ, ਅਤੇ ਜਿੱਥੇ ਉਹਨਾਂ ਨੇ ਕਾਫੀ ਸਥਾਨ ਵੀ ਜਿਹੜੇ ਰਚਾਏ ਸਨ, ਜਿੱਥੇ ਲੋਹਗੜ੍ਹ, ਸ੍ਰੀ ਅਕਾਲ ਤਖ਼ਤ, ਡੇਰਾ ਸਾਹਿਬ ਲਾਹੌਰ, ਕੀਰਤਪੁਰ ਸਾਹਿਬ, ਮਹਾਰਾਜ ਮਹਾਰਾਜ ਕੌਲਸਰ, ਵਿਵੇਕਸਰ, ਸ੍ਰੀ ਹਰਗੋਬਿੰਦ, ਹਰਗੋਬਿੰਦਪੁਰ ਤੇ ਗੁਰਸਰ, ਇਸ ਤਰ੍ਹਾਂ ਮੇਰੇ ਮਤਲਬ ਹੈ ਕਿ ਇਹ ਜਿਹੜੇ ਅਸਥਾਨ ਜਿਹੜੇ ਹਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੋ ਰਚਾਏ ਸਨ, ਤੇ ਅੱਜ ਉਹਨਾਂ ਦਾ ਮਹਾਨ ਜਿਹੜਾ ਪ੍ਰਕਾਸ਼ ਪੁਰਬ ਜਿਹੜਾ ਹੈ ਮਨਾਇਆ ਜਾ ਰਿਹਾ ਹੈ, ਕਿਉਂਕਿ ਉਹਨਾਂ ਨੇ ਇੱਕ ਬੜੀ ਵੱਡੀ ਜਿਹੜੀ ਉਹਨਾਂ ਦੀ ਦੇਣ ਸੀ ਵੀ ਜਿਹੜੀ ਕਿ ਉਹਨਾਂ ਨੇ ਇਹ ਕਾਲ ਤਖ਼ਤ ਦੀ ਨਹੀਂ ਰੱਖੇ, ਤੇ ਉਸ ਵੇਲੇ ਕੋਈ ਐਸੇ ਜਿਹੜੇ ਹਨ ਕਿ ਜਿਹੜੇ ਫੈਸਲੇ ਜਿਹੜੇ ਸਰਕਾਰੀ ਜਿੱਥੇ ਪੰਚਾਇਤੀ ਫੈਸਲੇ ਪਿੰਡਾਂ ਚ ਕੀਤੇ ਜਾਂਦੇ ਸਨ, ਉਹਨਾਂ ਦਿਨਾਂ ਦੇ ਵਿੱਚ ਫੈਸਲੇ ਜਿਹੜੇ ਸਨ ਕਾਲ ਤਖ਼ਤ ਦੇ ਕੀਤੇ ਜਾਂਦੇ ਸਨ, ਭਾਵੇਂ ਅੱਜ ਸਾਡੇ ਫੈਸਲੇ ਜਿਹੜੇ ਹਨ ਅਸੀਂ ਆਪਣੀ ਮਨਮਰਜ਼ੀ ਦੇ ਹੁਕਮਨਾਮੇ ਮਨਮਰਜ਼ੀ ਦੇ ਅਸੀਂ ਫੈਸਲੇ ਜਿਹੜੇ ਹਨ ਕਰਵਾ ਲੈਂਦੇ ਹਾਂ, ਪਰ ਉਦੋਂ ਸੱਚ ਦੀ ਗੱਲ ਉੱਥੇ ਹੁੰਦੀ ਸੀ। ਤੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੋ ਕਾਲ ਤਖ਼ਤ ਦੀ ਰਚਨਾ ਕੀਤੀ ਹੈ, ਅੱਜ ਉਹਨਾਂ ਨੂੰ ਵੀ ਜਿਹੜੀ ਹੈ ਜੋ ਸੰਗਤਾਂ ਜਿਹੜੀਆਂ ਸਰਨ ਉਹਨਾਂ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਲੱਖ ਲੱਖ ਵਧਾਈਆਂ ਮੈਂ ਜੋ ਪੇਸ਼ ਕਰ ਰਿਹਾ। ਬਿਲਕੁਲ ਜੀ ਬਿਲਕੁਲ, ਤੁਹਾਡੀ ਜਿਹੜੀਆਂ ਵਧਾਈਆਂ ਜਿਹੜੀਆਂ ਹੈਗੀਆਂ ਪੂਰੀ ਸਮੁੱਚੀ ਜਿਹੜੇ ਹੈਗੇ ਜਗਤ ਤੱਕ ਪਹੁੰਚ ਚੁੱਕੀਆਂ ਨੇ, ਤੇ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਕਿ ਜਿਹੜਾ ਤੁਸੀਂ ਕੀ ਕਹਿੰਦੇ ਨੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਜਿਹੜਾ ਹੈਗਾ ਆ ਸਾਂਝਾ ਪੰਜਾਬ ਲਾਈਵ ਦੇ ਵਿੱਚ ਜਿਹੜਾ ਹੈਗਾ ਸ਼ਿਰਕਤ ਕੀਤੀ ਤੇ ਸੰਗਤਾਂ ਦੇ ਰੂਬਰੂ ਹੋਏ ਜੇ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਨਾਲ ਹੀ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਕਿ ਜਿਹੜੀ ਹੈਗੀ ਆ ਇੰਟਰਨੈਸ਼ਨਲ BS ਕੌਂਸਲ ਜਿਹੜੀ ਹੈਗੀ ਆ ਬਣੀ ਹੋਈ ਆ, ਇਹਦੇ ਬਾਰੇ ਵੀ ਥੋੜ੍ਹਾ ਜਿਹਾ ਜਿਹੜਾ ਹੈਗਾ ਚਾਨਣਾ ਜ਼ਰੂਰ ਪਾਓ, ਕਿਉਂਕਿ ਸਕਰੀਨ ਦੇ ਉੱਤੇ ਆ ਰਿਹਾ ਹੈਗਾ ਤੇ ਲੋਕੀ ਫਿਰ ਕਈ ਵਾਰੀ ਮੈਸੇਜ ਭੇਜਦੇ ਹੁੰਦੇ ਆ ਕਿ ਇਹ ਜਿਹੜਾ ਹੈਗਾ ਇੰਟਰਨੈਸ਼ਨਲ BSc ਜਿਹੜਾ ਲਿਖਿਆ ਹੋਇਆ ਕਿਉਂ ਲਿਖਿਆ ਹੋਇਆ। ਇਹ ਜਿਹੜਾ ਹੈਗਾ ਇੰਟਰਨੈਸ਼ਨਲ ਪਾਰਟਸ ਕੌਂਸਲ ਵੱਲੋਂ
ਨੀਂਹ ਜਿਹੜੀ ਹੈ, ਇਹ ਜਿਹੜੀ ਸਾਡੀ ਕੌਂਸਲ ਬਣੀ ਹੈ, ਇਹ ਜਿਹੜੀ ਜੋ ਇੱਥੇ ਅਸੀਂ ਬਣਾਈ ਹੈ ਤੇ ਨਾਲ ਨਾਲ ਹੀ ਪੰਜਾਬ ਇੰਡੀਆ ਦੇ ਵਿੱਚ ਵੀ, ਸਾਰੇ ਇੰਡੀਆ ਦੇ ਵਿੱਚ ਹੀ ਇਹ ਸਾਰੀਆਂ ਕੌਂਸਲਾਂ ਜਿਹੜੀਆਂ ਨੇ, ਬ੍ਰਾਂਚਾਂ ਜਿਹੜੀਆਂ ਬਣੀਆਂ ਹੋਈਆਂ ਹਨ, ਅਤੇ ਜੋ ਇੰਡੀਆ ਵੀ ਅਜੇ ਚੋਣ ਹੋਣੀ ਹੈ ਅਤੇ ਇੱਥੇ ਜਿਹੜੀ ਚੋਣ ਹੋ ਚੁੱਕੀ ਹੈ। ਇਸ ਕਰਕੇ ਕਿ ਜੋ ਗਰੀਬ ਜੋ ਪਰਿਵਾਰ ਲੋੜਵੰਦ ਹਨ ਉਹਨਾਂ ਵਾਸਤੇ ਬਣੀ ਹੈ, ਲੱਖਾਂ ਹੀ ਰੁਪਈਆ ਜਿਹੜਾ ਇੱਥੋਂ ਇਕੱਤਰ ਕਰਕੇ ਜਿਹੜੇ ਹਨ ਵੀ ਜਿਹੜੇ ਇੱਥੇ ਸਾਡੀ ਕੌਂਸਲ ਦੇ ਮੈਂਬਰ ਹਨ ਉਹਨਾਂ ਪੈਸੇ ਮਾਇਕ ਅਤੇ ਇਕੱਤਰ ਕਰਕੇ ਜਿਹੜੀ ਹੈ ਉੱਥੇ ਜੋ ਗਰੀਬ ਪਰਿਵਾਰਾਂ ਨੂੰ ਜਿਹੜੀ ਪਿੱਛੇ ਕਰਕੇ ਤਕਰੀਬਨ ਇਹ 2-2.5 ਮਹੀਨੇ ਦੇ ਵਿੱਚ ਹੈ ਜੋ ਕੋਰੋਨਾ ਵਾਇਰਸ ਆਇਆ ਹੈ, ਉਹਦੇ ਵਿੱਚ ਜੋ ਪਰਿਵਾਰ ਘਰਾਂ ਦੇ ਵਿੱਚ ਬੈਠੇ ਸਨ, ਜੋ ਦਿਨ ਦਿਨ ਦੇ ਹੀ ਜੋ ਕੰਮ ਕਰਦੇ ਸਨ ਤੇ ਦਿਹਾੜੀ ਲਿਆਉਂਦੇ ਸਨ ਤੇ ਆਪਣਾ ਨਿਰਵਾਹ ਚਲਾਉਂਦੇ ਸਨ, ਤੇ ਉਹ ਜੋ ਘਰ ਦੇ ਵਿੱਚ ਬੈਠੇ ਸਨ ਰੋਟੀ ਤੋਂ ਵੀ ਅੱਤ ਹੋ ਰਹੇ ਸਨ, ਤੇ ਇਸ ਕਰਕੇ ਉਹ ਗਰੀਬ ਪਰਿਵਾਰਾਂ ਵਾਸਤੇ ਜਿਹੜਾ ਇਹ ਇੰਟਰਨੈਸ਼ਨਲ ਪਾਰਸਿਕ ਕੌਂਸਲ ਵੱਲੋਂ ਜਿਹੜਾ ਹੈ ਉਪਰਾਲਾ ਕੀਤਾ ਗਿਆ, ਇਹ ਕੌਂਸਲ ਜਿਹੜੀ ਬਣਾਈ ਗਈ। ਭਾਵੇਂ ਇਹ ਕੌਂਸਲ ਜਿਹੜੀ ਹੈ ਤਕਰੀਬਨ 2-2.5-3 ਸਾਲ ਤੋਂ ਚੱਲ ਰਹੀ ਹੈ, ਪਰ ਹੁਣ ਜਿਹੜਾ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕਰਕੇ ਪਿੱਛੇ ਕਰਕੇ ਜਿੱਥੇ ਜਿੱਥੇ ਵੀ ਲੋੜ ਸੀ, ਗੁਰਦਾਸਪੁਰ ਵੀ ਗਏ ਸਨ, ਅੰਮ੍ਰਿਤਸਰ ਦੇ ਵਿੱਚ ਹੀ ਲੋਕਾਂ ਦੀ ਉੱਥੇ ਵੀ ਕੀਤੀ, ਤਕਰੀਬਨ 10-15 ਲੱਖ ਜਿਹੜਾ ਹੈ ਇਹ ਤੋਂ ਜ਼ਿਆਦਾ ਹੀ ਮੇਰੇ ਖਿਆਲ ਹੈ ਵੀ ਜਿਹੜਾ ਮਾਇਆ ਜਿਹੜੀ ਲੋਕਾਂ ਦੇ ਜੋ ਵੰਡੀ ਗਈ ਹੈ, ਰਾਸ਼ਨ ਜਿਹੜੇ ਕਿੱਟਾਂ ਬਣਾ ਕੇ ਉਹ ਵੀ ਵੰਡੀਆਂ ਗਈਆਂ ਹਨ। ਤੇ ਸੋ ਇਸ ਕਰਕੇ ਇਹ ਇੰਟਰਨੈਸ਼ਨਲ ਪਾਰਸਿਕ ਕੌਂਸਲ ਜਿਹੜੀ ਬਣੀ ਹੈ ਇਹ ਸਿਰਫ ਗਰੀਬ ਪਰਿਵਾਰਾਂ ਵਾਸਤੇ ਜਾਂ ਜਿਹੜੇ ਉੱਥੇ ਲੋਕ ਜੋ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਰਹਿੰਦੇ ਹਨ ਵੀ ਜਿਹੜੇ ਕੋਈ ਕੰਮ ਕਾਰ ਨਹੀਂ ਕਰ ਸਕਦੇ, ਕੋਈ ਬਜ਼ੁਰਗ ਹਨ, ਉਹਨਾਂ ਦੀ ਸੇਵਾ ਦੇ ਵਿੱਚ ਜਿਹੜੇ ਹਨ ਇੱਥੋਂ ਮਾਇਆ ਇਕੱਤਰ ਕਰਕੇ ਤੇ ਉੱਥੇ ਭੇਜੀ ਜਾਂਦੀ ਹੈ, ਤੇ ਉਹਨਾਂ ਦੇ ਨਿਰਵਾਹ ਵਾਸਤੇ ਉਹਨਾਂ ਨੂੰ ਨਗਦ ਮਾਇਆ, ਜੇ ਕਿਸੇ ਨੂੰ ਦੁੱਖ ਤਕਲੀਫ ਹੈ ਉਹਨਾਂ ਨੂੰ ਦਿੱਤੀ ਜਾਂਦੀ ਹੈ, ਤੇ ਨਾਲ ਨਾਲ ਹੀ ਜੋ ਉਹਨਾਂ ਨੂੰ ਰਾਸ਼ਨ ਪਾਣੀ ਵੀ ਦਿੱਤਾ ਜਾਂਦਾ ਹੈ ਕੌਂਸਲ ਵੱਲੋਂ। ਬਿਲਕੁਲ ਜੀ, ਬਹੁਤ ਬਹੁਤ ਤੁਹਾਡਾ ਜੀ ਧੰਨਵਾਦ ਸਾਡੇ ਨਾਲ ਇਸ ਸੰਸਥਾ ਦੇ ਜਿਹੜੇ ਹੈਗੇ ਨੇ ਪ੍ਰਧਾਨ ਸਰਦਾਰ ਨਿਰਮਲ ਸਿੰਘ ਜੀ ਉਹ ਵੀ ਜੁੜ ਚੁੱਕੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ ਜੀ, ਤੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ, ਆਪਣੇ ਨਾਲ ਇੰਟਰਨੈਸ਼ਨਲ BSC ਦੇ ਪ੍ਰਧਾਨ ਸਾਹਿਬ ਸਰਦਾਰ ਨਿਰਮਲ ਸਿੰਘ ਜੀ ਰਾਠੌਰ ਉਹ ਵੀ ਜੁੜ ਚੁੱਕੇ ਹੋਏ ਨੇ, ਉਹਨਾਂ ਨਾਲ ਗੁਰਫਤਿਹ ਬੁਲਾਉਂਦੇ ਹਾਂ ਜੀ। ਹਾਂਜੀ ਪ੍ਰਧਾਨ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਰਣਜੀਤ ਸਿੰਘ ਜੀ ਨੰਦ ਸਾਹਿਬ, ਆਪ ਜੀ ਨੂੰ ਬਹੁਤ ਬਹੁਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ, ਸਮੁੱਚੀ ਸਿੱਖ ਕੌਮ ਨੂੰ ਅਤੇ ਜਿੱਥੇ ਜਿੱਥੇ ਵੀ ਆਪਣੇ ਨਾਮ ਦੇਵਾ ਸਿੱਖ ਕੌਮ ਦੇ ਸੱਜਣ ਗੁਰਮੁਖ ਪਰਿਵਾਰ ਬੈਠੇ ਉਹਨਾਂ ਨੂੰ ਜਿੱਥੇ ਆਪਾਂ ਕੋਟਾਂ ਕੋਟ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੰਦੇ ਹਾਂ, ਉਹਨਾਂ ਨੂੰ ਦੁਬਾਰਾ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਹੁਕਮ ਹੈ ਦਾਸ ਨੇ ਪਿੱਛੇ ਆਪ ਜੀ ਦੇ ਚੈਨਲ ਤੋਂ, ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਆਨੰਦ ਜੋ ਕਿ ਸਾਡੀ ਇੰਟਰਨੈਸ਼ਨਲ ਭਾਰਤ ਯੂਥ ਫੈਡਰੇਸ਼ਨ ਦੇ ਨਿਊ ਦੇ ਸਟੇਟ ਸਕੱਤਰ ਹਨ ਅਤੇ ਮੀਡੀਆ ਬੁਲਾਰੇ ਹਨ, ਉਹਨਾਂ ਦੇ ਵਿਚਾਰ ਸਰਵਣ ਕੀਤੇ ਹਨ। ਬਿਲਕੁਲ, ਉਹਨਾਂ ਨੇ ਬੜੇ ਵਿਸਤਾਰ ਸਹਿਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਅਤੇ ਸ਼ੋਰਟ ਜੇ ਕਲਿੱਪ ਦੇ ਵਿੱਚ ਉਹਨਾਂ ਨੇ ਕੌਂਸਲ ਬਾਰੇ ਵੀ ਚਾਨਣਾ ਪਾਇਆ। ਦਾਸ ਨੂੰ ਹੁਕਮ ਕਰੋ ਕਿ ਦਾਸ
ਆਪ ਜੀ ਦੀ ਸੇਵਾ ਕਰ ਸਕਦਾ। ਬਿਲਕੁਲ ਜੀ ਬਿਲਕੁਲ। ਚਲੋ ਤੁਸੀਂ ਵਧਾਈਆਂ ਤੇ ਦੇ ਦਿੱਤੀਆਂ ਹੋਈਆਂ, ਤੇ ਥੋੜਾ ਜਿਹਾ ਇੰਟਰਨੈਸ਼ਨਲ ਭਾਰਤ ਸਿੱਖ ਕੌਂਸਲ ਬਾਰੇ ਤੁਸੀਂ ਦੱਸੋ ਕਿ ਇਹ ਜਿਹੜਾ ਹੈਗੇ ਆ ਕਿਹੜੇ ਕਿਹੜੇ ਜਿਹੜੇ ਹੈਗੇ ਆ ਹੁਣ ਤੱਕ ਜਿਹੜੇ ਕੰਮ ਕੀਤੇ ਆ, ਤੇ ਗਾਂ ਦੇ ਜਿਹੜੇ ਫਿਊਚਰ ਦੇ ਜਿਹੜੇ ਹੈਗੇ ਨੇ ਕੰਮ, ਉਹਦੇ ਬਾਰੇ ਥੋੜਾ ਚਾਨਣਾ ਪਾਓ ਤਾਂ ਕਿ ਸੰਗਤਾਂ ਨੂੰ ਪਤਾ ਲੱਗ ਸਕੇ ਜੀ ਇਹਦੇ ਬਾਰੇ। ਇੰਟਰਨੈਸ਼ਨਲ ਭਾਰਤ ਸਿੱਖ ਜਿਹੜੀ ਯੂਥ ਬਣੀ ਬਣੀ ਹੈ, ਇੰਟਰਨੈਸ਼ਨਲ ਭਾਰਤ ਸਿੱਖ ਕੌਂਸਲ ਨਿਊ ਹਾਂਜੀ ਜਿਹੜੀ ਬਣੀ ਹੈ, ਇਹ ਤਕਰੀਬਨ ਪੌਣੇ 2 ਸਾਲ ਤੋਂ 2 ਸਾਲ ਤੋਂ ਆਲਰੇਡੀ ਸਾਡੇ ਕੁਝ ਕੁ ਪਤਵੰਤੇ ਸੱਜਣ ਚਲਾ ਰਹੇ ਸੀ, ਕੁਝ ਕੁ ਵਿਚਾਰ ਨਾ ਮਿਲਣ ਕਰਕੇ ਇਹਦੀ ਜੋ ਨਿਊ ਗਠਜੋੜ ਕੀਤਾ ਹੈ ਉਹ ਤਕਰੀਬਨ ਲਾਸਟ ਤਕਰੀਬਨ 1 ਮਹੀਨੇ ਤੋਂ ਜਿਹੜੀ ਕਿ ਸੰਸਥਾ ਦੁਬਾਰਾ ਇਹਨੂੰ ਰੀਸ਼ਫਲ ਕਰਕੇ ਤੇ ਇਹਨੂੰ ਨਿਊ ਨਾਮ ਦੇ ਕੇ ਤੇ ਇਹਦੀ ਗਠਜੋੜ ਕਰਕੇ ਤੇ ਇਹਦੀ ਸੰਚਾਲਕਾ ਕੀਤੀ ਹੈ। ਇਹਦੇ ਵਿੱਚ ਸਾਡਾ ਮੇਨ ਮਕਸਦ ਇਹੀ ਹੈ ਕਿ ਜੋ ਸਾਡੇ ਵਿੱਚ ਇੰਡੀਆ ਵਿੱਚ ਕੁਝ ਕੁ ਜਿਹੜੀਆਂ ਸੇਵਾਵਾਂ ਲੋਕਾਂ ਤੋਂ ਇਗਨੋਰ ਕੀਤੀਆਂ ਹੋਈਆਂ ਸਨ, ਜਿਵੇਂ ਕਿ ਗਰੀਬ ਬੱਚਿਆਂ ਨੂੰ ਜਿਹੜੇ ਕਿ ਨਹੀਂ ਪੜ੍ਹ ਸਕਦੇ, ਜਿਹਨਾਂ ਨੂੰ ਜਿਹੜੇ ਕਿ ਮਾਇਕ ਤੌਰ ਦੇ ਉੱਤੇ ਬਹੁਤ ਕਮਜ਼ੋਰ ਸਨ, ਉਹਨਾਂ ਵੱਲ ਬਹੁਤ ਘੱਟ ਧਿਆਨ ਦਿੱਤਾ ਜਾ ਰਿਹਾ ਸੀ, ਉਹਨੂੰ ਮੁੱਖ ਰੱਖਦਿਆਂ ਹੋਇਆਂ ਸਾਡੇ ਤਕਰੀਬਨ ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ 10 ਤੋਂ ਲੈ ਕੇ 20% ਜਿਹੜੇ ਲੋੜਵੰਦ ਲੋਕਾਂ ਦੇ ਨਾਲ ਪਹੁੰਚ ਕੀਤੀ ਹੈ ਤੇ ਉਹਨਾਂ ਨੂੰ ਜੋ ਸਰਦਾ ਪਾਉਂਦਾ ਸੀ ਇੰਗਲੈਂਡ ਦੀਆਂ ਸਾਡੀ ਸੰਸਥਾ ਸੀ ਉਹਨਾਂ ਨੇ ਸੇਵਾ ਪਹੁੰਚਾਈਆਂ ਹਨ, ਉਹਦਾ ਸਾਡੇ ਕੋਲ ਰਿਕਾਰਡ ਹੈ। ਉਹ ਕਿਸੇ ਤਰ੍ਹਾਂ ਵਿਸਥਾਰ ਸਹਿਤ ਨਾਲ ਜਦੋਂ ਤੁਸੀਂ ਕੋਈ ਵਿਸ਼ੇਸ਼ ਪ੍ਰੋਗਰਾਮ ਰੱਖੋਗੇ ਦਾਸ ਉਹਦੀ ਕੱਲੀ ਕੱਲੀ ਜਿਹੜੀ ਉਹ ਦਏਗਾ ਡੀਟੇਲ, ਜਿਹੜੀ ਕਿ ਉਹ ਸੰਸਥਾ ਦਾ ਜਿਹੜਾ ਮੇਨ ਮਕਸਦ ਹੈ ਕੀ ਹੈ ਵੀ ਅਸੀਂ ਕੀ ਕਰ ਰਹੇ ਹਾਂ। ਜਿਵੇਂ ਕਿ ਸਾਡੇ ਸਤਿਕਾਰਯੋਗ ਸਰਦਾਰ ਸੁਰਿੰਦਰ ਸਿੰਘ ਜੀ ਆਨੰਦ ਹੋਣਾ ਨੇ ਵੀ ਦੱਸਿਆ ਹੈ ਕਿ ਇਹ ਪਿੱਛੇ ਅਸੀਂ ਇੱਕ ਅਕੈਡਮੀ ਖੋਲੀ ਆਪਣੇ ਬਜ਼ੁਰਗਾਂ ਦੇ ਨਾਂ ਤੇ, ਉਹਦੇ ਪ੍ਰਧਾਨ ਸਾਹਿਬ ਹਨ ਸਰਦਾਰ ਸੁਰਿੰਦਰ ਸਿੰਘ ਜੀ ਆਨੰਦ, ਜੋ ਕਿ ਅਕੈਡਮੀ ਬਾਬਾ ਬਕਾਲਾ ਗੁਰਦੁਆਰਾ ਜੋ ਮੇਨ ਗੁਰਦੁਆਰਾ ਉਹਦੇ ਨਾਲ ਇੱਕ ਗੁਰੂ ਘਰ ਹੈ ਗੁਰਦੁਆਰਾ ਚਬੱਚਾ ਸਾਹਿਬ, ਜਿਹੜਾ ਕਿ ਸਿੱਖ ਚੈਨਲ ਨੇ ਵੀ ਕਵਰ ਕੀਤਾ ਤੇ ਆਪ ਜੀ ਨੇ ਫੇਸਬੁੱਕ ਰਾਹੀਂ ਵੀ ਲੋਕਾਂ ਨੇ ਸਰਵਣ ਕੀਤਾ ਹੋਣਾ ਵੇਖਿਆ ਹੋਣਾ ਕਿ ਉਹਦੇ ਵਿੱਚ ਸਿਰਫ ਲੋੜਵੰਦ ਬੱਚੇ ਜਿਹੜੇ ਜਿਹੜੇ ਕਿ ਨਹੀਂ ਫੀਸਾਂ ਦੇ ਸਕਦੇ ਉਹਨਾਂ ਨੂੰ ਐਡ ਕਰਕੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਕੇ ਉੱਥੇ ਟੀਚਰ ਰੱਖੇ ਹਨ, ਉੱਥੇ ਪ੍ਰਚਾਰਕ ਰੱਖੇ ਹੁੰਦੇ, ਤਬਲਾ ਸਿਖਾਉਣ ਵਾਲੇ ਸਿੰਘ ਰੱਖੇ ਹਨ ਜਿਹਦੇ ਮੁੱਖ ਸੇਵਾਦਾਰ ਸਾਡੇ ਸਰਦਾਰ ਸੁਰਿੰਦਰ ਸਿੰਘ ਜੀ ਆਨੰਦ ਹਨ, ਦਾਸ ਜਨ ਸ਼ਕਤੀ ਦੀ ਸੇਵਾ ਕਰਦਾ ਹੈ ਉੱਥੇ ਉਹਦੇ ਨਾਲ। ਇਹਦਾ ਮੇਨ ਮਕਸਦ ਇਹ ਕਿ ਆਪਣੇ ਪਰਿਵਾਰ ਦੇ ਰਾਹੀਂ ਅਸੀਂ ਚਲਾ ਰਹੇ ਹਾਂ, ਬਾਹਰੋਂ ਕੋਈ ਮਾਇਕ ਤੌਰ ਤੇ ਕਿਸੇ ਸੱਜਣ ਕੋਈ ਅਸੀਂ ਹਿੱਸਾ ਅਗਰਾਈ ਨਹੀਂ ਮੰਗ ਰਹੇ। ਜਿਹਦਾ ਮੇਨ ਮਕਸਦ ਇਹੀ ਹੈ ਕਿ ਜਿਹੜੇ ਅਸੀਂ ਇੱਥੇ ਆਪਣੇ ਪਰਿਵਾਰ ਹੈ, ਗਿਆਨੀ ਬਲਵੰਤ ਸਿੰਘ ਰਾਠੌਰ ਦਾ ਪਰਿਵਾਰ ਹੈ ਜਿਨ੍ਹਾਂ ਨੇ ਕਿ ਸਾਨੂੰ ਨਾਲ ਜੋੜਿਆ ਸੀ, ਹੁਣ ਸਾਡਾ ਵੀ ਮਕਸਦ ਇਹ ਹੈ ਕਿ ਸਾਡੇ ਪਰਿਵਾਰ ਸਾਰੇ ਸੈੱਟ ਹੋ ਗਏ ਨੇ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਆਪਣਾ ਦਸਵੰਦ ਕੱਢ ਕੇ ਤੇ ਇੰਡੀਆ ਦੇ ਵਿੱਚ ਜੋ ਬੱਚੇ ਲੋੜਵੰਦ ਹਨ ਉਹ ਉਹਨਾਂ ਦੀ ਕੋਈ ਖਿਦਮਤ ਕਰ ਸਕੀਏ ਤੇ ਜਿਹੜਾ ਰਹਿੰਦਾ ਜੀਵਨ ਹੈ ਉਹ ਗੁਰੂ ਦੀ ਸਿੱਖਿਆ ਦੇ ਰਾਹੀਂ ਚਲਾ ਸਕੀਏ। ਬਿਲਕੁਲ ਜੀ, ਬਹੁਤ ਬਹੁਤ ਵਧੀਆ ਜੀ। ਜਿਹੜੇ ਤੁਸੀਂ ਜਿਹੜੇ ਇਹ ਇੰਟਰਨੈਸ਼ਨਲ ਭਾਰਤ ਸਿੱਖ ਕੌਂਸਲ ਬਾਰੇ ਵੀ ਦੱਸਿਆ ਤੇ ਨਾਲ ਹੀ ਜਿਹੜਾ ਜਿਹੜੀ ਬਾਬਾ ਬਕਾਲਾ ਸਾਹਿਬ ਜਿਹੜੀ ਅਕੈਡਮੀ ਖੋਲੀ ਹੋਈ ਹੈ ਬੱਚਿਆਂ ਨੂੰ ਮੁਫਤ ਦੇ ਵਿੱਚ ਜਿਹੜੇ ਹੈਗੇ ਆ ਪਾਠ ਕੀਰਤਨ ਤੇ ਤਬਲੇ ਤੇ ਵਾਜੇ ਦੀਆਂ ਕਲਾਸਾਂ ਜਿਹੜੀਆਂ ਹੈਗੀਆਂ ਉੱਥੇ ਲਵਾਈਆਂ ਜਾਣੀਆਂ ਹੈਗੀਆਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਿਹੜਾ ਤੁਸੀਂ ਆਪਣੇ ਕੀਮਤੀ ਟਾਈਮ ਚੋਂ ਟਾਈਮ ਦੇ ਕੇ
ਇਹ ਸਾਂਝਾ ਪੰਜਾਬ ਦੇ ਵਿਹੜੇ ਦੇ ਵਿੱਚ ਆਏ ਤੇ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੇ ਹੈਗੀਆਂ ਸੰਗਤਾਂ ਦੇ ਰੂਬਰੂ ਕੀਤੀਆਂ ਨੇ। ਬਹੁਤ ਬਹੁਤ ਜੀ ਤੁਹਾਡਾ ਤੇ ਧੰਨਵਾਦ ਜੀ। ਦਾਸ ਇੱਕ ਬੇਨਤੀ ਕਰਨਾ ਦਾਸ ਹਾਂਜੀ ਇੱਕ ਹਾਂਜੀ ਬੇਨਤੀ ਕਰਨਾ ਚਾਹੁੰਦਾ ਜਿੱਥੇ ਤੁਹਾਡਾ ਧੰਨਵਾਦ ਕਰਦਾ ਹੈ, ਉੱਥੇ ਵੀ ਰਿਕੁਐਸਟ ਕਰਦਾ ਹੈ ਆਪ ਦੇ ਮਿਲਦੀ ਰਾਹੀਂ ਕਿ ਉੱਥੇ ਜਿੰਨੇ ਵੀ ਅੰਮ੍ਰਿਤਸਰ ਦੇ ਡਿਸਟ੍ਰਿਕਟ ਦੇ ਲਾਗੇ ਲਾਗੇ ਬੱਚੇ ਲੋੜਵੰਦ ਹਨ ਉਹ ਉਸ ਅਕੈਡਮੀ ਚ ਰਜਿਸਟਰ ਹੋਣ, ਤੇ ਉਹ ਜਿੱਦਾਂ 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 ਵੀ ਜਿੱਦਾਂ ਅੰਮ੍ਰਿਤਸਰ ਦੇ ਲਾਗੇ ਲਾਗੇ ਜਿਹੜੇ ਪਿੰਡ ਨੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਪਰਿਵਾਰ ਵੱਲੋਂ ਕਿ ਉਹਨਾਂ ਪਿੰਡਾਂ ਵਿੱਚ ਜਾ ਕੇ ਉਸਤਾਦ ਭੇਜੀਏ ਤੇ ਗੁਰੂ ਘਰਾਂ ਦੇ ਵਿੱਚ ਜਾ ਕੇ ਉਹ ਉਸਤਾਦ ਜਿਹੜੇ ਜਾ ਕੇ ਉਹ ਲੋੜਵੰਦ ਬੱਚਿਆਂ ਨੂੰ ਸਿਖਾ ਸਕਣ। ਜਿੱਥੇ 15 ਤੋਂ 20 ਬੱਚੇ ਹੋ ਜਾਣਗੇ ਉੱਥੇ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਭਰਾ ਰਲ ਕੇ 2 ਟੀਚਰ ਭੇਜਾਂਗੇ ਜਿਹੜੇ ਕਿ ਉੱਥੇ ਜਾ ਕੇ ਉਹਨਾਂ ਦੇ ਗੁਰੂ ਘਰ ਦੇ ਵਿੱਚ ਸਿਖਾ ਕੇ ਆਉਣਗੇ। ਇਹ ਸਾਰਿਆਂ ਨੂੰ ਦਾਸ ਵੱਲੋਂ ਬੇਨਤੀ ਕਰੋ ਆਪ ਜੀ, ਕਿਉਂਕਿ ਆਪ ਵੀ ਉਹ ਪਾਰਟ ਆਫ ਉਹਦਾ ਉਹ ਸੋਸਾਇਟੀ ਦਾ ਪਾਰਟ ਹੋ, ਆਪ ਜੀ ਦੇ ਵੀ ਸੁੱਖ ਨਾਲ ਕੀ ਕਹਿੰਦੇ ਹੁੰਦੇ ਆ ਡੈਡੀ ਸਾਹਿਬ ਉਸ ਅਕੈਡਮੀ ਦੇ ਪ੍ਰਧਾਨ ਹਨ ਤੇ ਆਪ ਵੀ ਸਾਡੇ ਕੈਸ਼ੀਅਰ ਮੰਤਰੀ ਹੋ, ਖਜ਼ਾਨਚੀ ਹੋ। ਇਸ ਕਰਕੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਸਾਨੂੰ ਲੈ ਕੇ ਇਹ ਸਾਡੀ ਆਵਾਜ਼ ਜਿਹੜੀ ਸਮੁੱਚੀ ਸੰਗਤ ਤੱਕ ਪਹੁੰਚਾਈਏ, ਤੇ ਕੋਸ਼ਿਸ਼ ਕਰੋਗੇ ਜਿਹੜੇ ਅੰਮ੍ਰਿਤਸਰ ਤੇ ਬਾਬੇ ਬਕਾਲੇ ਦੇ ਲਾਗੇ ਲਾਗੇ ਜਿਹੜੇ ਪਿੰਡ ਨੇ ਉਹ ਅਕੈਡਮੀ ਦੇ ਇਸ਼ਤਿਹਾਰ ਵੀ ਲੱਗੇ ਹਨ ਤੇ ਉਹਦੇ ਟੈਲੀਫੋਨ ਨੰਬਰ ਵੀ ਆਏ ਨਾ, ਉੱਥੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਾਉਣ। ਤੇ ਜੇ ਕੋਈ ਮਤਲਬ ਕਿ ਸਾਨੂੰ ਜੇ ਇੱਥੇ ਕੋਈ ਕੰਟੈਕਟ ਕਰਦਾ ਉਸ ਚੀਜ਼ ਬਾਰੇ ਤੇ ਉੱਥੇ ਮਤਲਬ ਕਿ ਕਿਹਨਾਂ ਦਾ ਨਾਲ ਜਿਹੜੀ ਹੈਗੀ ਆ ਫੋਨ ਰਾਹੀਂ ਗੱਲ ਕੀਤੀ ਜਾ ਸਕਦੀ ਹੈ ਜੇ ਕਿਸੇ ਬੱਚੇ ਨੇ ਉੱਥੇ ਐਡਮਿਸ਼ਨ ਲੈਣੀ ਹੋਵੇ ਤੇ? ਉੱਥੇ ਪ੍ਰੋਫੈਸਰ ਦਲਬੀਰ ਸਿੰਘ ਜੀ ਬਾਬਾ ਬਕਾਲਾ ਦੇ ਚਬੱਚਾ ਸਾਹਿਬ ਦੇ ਹੈੱਡ ਗ੍ਰੰਥੀ ਵੀ ਹਨ ਤੇ ਪ੍ਰੋਫੈਸਰ ਵੀ ਹਨ, ਉਹ ਸਿਖਾਉਂਦੇ ਵੀ ਹਨ। ਉਹਨਾਂ ਦਾ ਨੰਬਰ ਫੇਸਬੁੱਕ ਤੇ ਜੇ ਸਾਡੇ ਕੋਲ ਲੈਣਾ ਹੋਵੇ ਜਾਂ ਤੁਹਾਨੂੰ ਅਸੀਂ ਦੇ ਦੇਵਾਂਗੇ, ਉਹ ਤੁਹਾਡੇ ਕੋਲ ਲੈਣ। ਤੇ ਜਿਹੜੇ ਪਿੰਡ ਦੇ ਵਿੱਚ ਵੀ 10 ਤੋਂ 12 ਬੱਚੇ ਹੋ ਜਾਣਗੇ ਉੱਥੇ ਹੀ ਇੱਕ ਉਸਤਾਦ ਭੇਜਾਂਗੇ। ਬਿਲਕੁਲ ਜੀ, ਬਿਲਕੁਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਚੋਂ। ਤੇ ਨਾਲ ਹੀ ਆਪ ਜੀ ਤੇ ਆਪ ਦੇ ਸਾਰੇ ਪਰਿਵਾਰ ਨੂੰ ਸ੍ਰੀ ਗੁਰੂ ਹਰਗੋਬਿੰਦ ਸਿੰਘ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ। ਥੈਂਕ ਯੂ ਵੈਰੀ ਮਚ ਜੀ, ਸੇਮ ਟੂ ਯੂ ਤੇ ਆਪ ਜੀ ਦੇ ਪਰਿਵਾਰ ਨੂੰ, ਸਾਰਿਆਂ ਨੂੰ, ਮਹਾਰਾਜ ਚੜ੍ਹਦੀ ਕਲਾ ਸਮੁੱਚੀ ਸਿੱਖ ਸੰਗਤਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਇੰਟਰਨੈਸ਼ਨਲ ਭਾਰਤ ਸਿੱਖ ਕੌਂਸਲ ਦੇ ਨਿਊ ਦੇ ਪ੍ਰਧਾਨ ਸਰਦਾਰ ਨਿਰਮਲ ਸਿੰਘ ਜੀ ਰਾਠੌਰ ਮਾਨਚੈਸਟਰ ਵਾਲੇ। ਤੇ ਹੁਣ ਆਪਣੇ ਨਾਲ ਦੇਖਦੇ ਹਾਂ ਜੀ ਕੌਣ ਲਾਈਨ ਦੇ ਉੱਤੇ ਜੁੜੇ ਹੋਏ ਨੇ ਜੋ ਕਿ ਸਾਡੇ ਨਾਲ ਫਤਿਹ ਸਾਂਝ ਕਰਨਾ ਚਾਹੁੰਦੇ ਆ ਜੀ। ਪਹਿਲਾਂ ਚੱਲਦੇ ਹਾਂ ਜੀ ਇਹ ਛੋਟੀ ਜਿਹੀ ਬ੍ਰੇਕ ਵੱਲ ਤੇ ਬ੍ਰੇਕ ਤੋਂ ਬਾਅਦ ਛੇਤੀ ਹੀ ਤੁਹਾਡੇ ਰੂਬਰੂ ਆਪਣੇ ਆਪ ਨੂੰ ਲੈ ਕੇ ਫੇਰ ਹਾਜ਼ਰ ਹੁੰਦੇ ਹਾਂ, ਕਿਉਂਕਿ ਬ੍ਰੇਕ ਜਿਹੜੀ ਹੈਗੀ ਆ ਉਹ ਇਸ ਕਰਕੇ ਲਈ ਜਾ ਰਹੀ ਹੈ ਕਿਉਂਕਿ ਇੱਕ ਜਿਹੜਾ ਇੰਟਰਨੈਟ ਜਿਹੜਾ ਹੈਗਾ ਆ ਕਾਫੀ ਜਿਹੜਾ ਹੈਗਾ ਆ ਸਲੋ ਚੱਲਣ ਦਿਆ ਹੈਗਾ ਆ ਕਿਉਂਕਿ ਲੋਕੀ ਘਰਾਂ ਦੇ ਵਿੱਚ ਬੈਠੇ ਹੋਏ ਨੇ ਲੋਕਡਾਊਨ ਕਰਕੇ ਤੇ ਬਿਜ਼ੀ ਲਾਈਨਾਂ ਹੋਣ ਕਰਕੇ ਇੰਟਰਨੈਟ ਬੜਾ ਸਲੋ ਹੋਇਆ ਹੋਇਆ ਤੇ ਇਸ ਕਰਕੇ ਇਕੱਠੀਆਂ ਲਾਈਨਾਂ ਜਿਹੜੀਆਂ ਹੈਗੀਆਂ ਨੇ ਉਹ ਕਿਸੇ ਕਾਰਨਾਂ ਕਰਕੇ ਨਹੀਂ ਲੈ ਸਕਦੇ ਹੈਗੇ ਤੇ ਇਸ ਕਰਕੇ ਬ੍ਰੇਕ ਲੈ ਕੇ ਜਦੋਂ ਇੱਕ ਜਣਾ ਆ ਜਾਂਦਾ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਫਤਿਹ ਬੁਲਾ ਕੇ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਜਿਹੜੇ ਸਾਡੇ ਨਾਲ ਕਾਲਰ ਜੁੜਦੇ ਨੇ ਤੇ ਉਹਨਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਂਦਾ ਹੈ। ਚੱਲਦੇ ਜੀ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਛੇਤੀ ਹੀ ਤੁਹਾਡੀ ਸੇਵਾ ਦੇ ਵਿੱਚ ਫੇਰ ਨਵੇਂ ਕਿਸੇ ਗੈਸਟ ਦੇ ਨਾਲ ਹਾਜ਼ਰ ਹੁੰਦੇ ਹਾਂ ਜੀ। ਬੈਠੀ ਇੱਕ ਥਾਂ ਜੋ ਇਕੱਠੇ ਆ ਡੂੰਘੀ ਸੱਟ ਲੱਗੀ ਸੀ 84 ਦੇ ਪੰਜਾਬ ਦੇ। ਇਹ ਜਿਹੜਾ ਗੀਤ ਤੁਸੀਂ ਹੁਣੇ ਹੁਣੇ ਹੀ ਸਾਰਿਆਂ ਨੇ ਹੀ ਸੁਣਿਆ ਤੇ ਆਪਣੇ ਨਾਲ ਇੰਟਰਨੈਸ਼ਨਲ ਭਾਰਤ ਸਿੱਖ ਕੌਂਸਲ ਦੇ ਜਿਹੜੇ ਹੈਗੇ ਨੇ ਜਿਹੜੇ ਵਟਸਐਪ ਦਾ ਪੇਜ ਚਲਾਉਂਦੇ ਨੇ ਐਡਮਨ ਨੇ ਉਹ ਤੇ ਹੋਰ ਵੀ ਬੜੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਨੇ
ਇਹ ਕੌਂਸਲ ਦੀਆਂ ਕਰਦੇ ਨੇ ਤੇ ਸਰਦਾਰ ਜਰਨੈਲ ਸਿੰਘ ਜੀ ਪ੍ਰਭਾਕਰ ਵਿਨਨਹਾਲ ਤੋਂ ਯੂਕੇ ਤੋਂ ਉਹਨਾਂ ਨਾਲ ਫਤਿਹ ਦੀ ਸਾਂਝ ਕਰਦੇ ਆ ਜੀ। ਉਹ ਵੀ ਲਾਈਨ ਤੇ ਆ ਚੁੱਕੇ ਹੋਏ ਨੇ। ਹਾਂਜੀ ਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਇਹ ਪਹਿਲਾਂ ਤਾਂ ਮੈਂ ਕਹਾਂਗਾ ਕਿ ਜਿਹੜਾ ਤੁਸੀਂ ਜੇ ਫੋਨ ਹੈ ਤੇ ਇਹਨੂੰ ਥੋੜਾ ਜਿਹਾ ਘੁਮਾ ਲਓ ਤੇ ਜਿਹੜੀ ਹੈਗੀ ਆ ਫੋਟੋ ਥੋੜੀ ਜਿਹੀ ਵੱਡੀ ਹੋ ਜਾਏਗੀ। ਹਾਂਜੀ ਬਿਲਕੁਲ ਵਧੀਆ ਜੀ। ਇਹ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ, ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੀਆਂ ਪ੍ਰਕਾਸ਼ ਪੁਰਬ ਦੀਆਂ, ਤੇ ਬੜੀ ਸ਼ਰਧਾ ਭਾਵਨਾ ਨਾਲ ਜਿਹੜਾ ਹੈਗਾ ਇੰਡੀਆ ਦੇ ਵਿੱਚ ਜਿਹੜਾ ਹੈਗਾ ਮਨਾਇਆ ਗਿਆ ਹੈਗਾ, ਤੇ ਉਸ ਤੋਂ ਪਹਿਲਾਂ ਨਾਲ ਹੀ ਕਿਉਂਕਿ ਜਦੋਂ ਜੂਨ ਦਾ ਮਹੀਨਾ ਚੜ੍ਹਦਾ ਹੈ। ਮੇਰੇ ਖਿਆਲ ਨਾਲ ਉਹਨਾਂ ਦੀ ਜਿਹੜੀ ਕਾਲ, ਹੈਲੋ ਜੀ, ਇਹ ਕਾਲ ਡਰੋਪ ਹੋ ਗਈ ਹੋਈ ਆ ਤੇ ਦੁਬਾਰਾ ਕੋਸ਼ਿਸ਼ ਟਰਾਈ ਕਰਦੇ ਹਾਂ ਜੀ, ਉਹਨਾਂ ਨੂੰ ਦੁਬਾਰਾ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਹੈਗਾ ਇਸ ਤਰ੍ਹਾਂ ਹੀ ਨਿਰੰਤਰ ਜਿਹੜਾ ਹੈਗਾ ਇੱਦਾਂ ਹੀ ਚੱਲਦਾ ਰੱਖਾਂਗੇ ਜੀ। ਬਿਲਕੁਲ ਜੀ, ਬੜਾ ਹੀ ਪਿਆਰਾ ਗੀਤ ਜਿਹੜਾ ਹੈਗਾ ਤੁਸੀਂ ਸਾਰਿਆਂ ਨੇ ਹੀ ਸੁਣਿਆ, ਕਿਉਂਕਿ ਵਿੱਚ ਪ੍ਰਭਾਕਰ ਸਾਹਿਬ ਦੇ ਨਾਲ ਜਿਹੜੀ ਹੈਗੀ ਆ ਲਾਈਨ ਜਿਹੜੀ ਹੈਗੀ ਸੀ ਉਹ ਕੱਟ ਆਫ ਹੋ ਗਈ ਹੋਈ ਸੀ ਤੇ ਦੁਬਾਰਾ ਜਿਹੜੇ ਹੈਗੇ ਨੇ ਉਹ ਜੁੜ ਚੁੱਕੇ ਨੇ ਸਾਡੇ ਨਾਲ। ਪਹਿਲਾਂ ਫਤਿਹ ਦੀ ਸਾਂਝ ਕਰਦੇ ਹਾਂ ਜੀ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਜਿਹੜਾ ਕਿ ਇਸ ਖਾਸ ਮੌਕੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਇਹ ਪਹਿਲਾਂ ਤੇ ਤੁਹਾਨੂੰ ਸਾਰੇ ਪਰਿਵਾਰ ਨੂੰ, ਤੁਹਾਨੂੰ ਜਿਹੜਾ ਹੈਗੀ ਸਮੁੱਚੀ ਜਿਹੜੀ ਹੈਗੀ ਖਲਕਤ ਨੂੰ, ਮਾਨਵਤਾ ਨੂੰ ਵਧਾਈਆਂ। ਤੇ ਨਾਲ ਹੀ ਅੱਜ ਜਿਹੜਾ ਜੂਨ ਦਾ ਮਹੀਨਾ ਜਿਹੜਾ ਚੜਿਆ, ਜਦੋਂ ਦਾ ਚੜਿਆ ਹੋਇਆ ਆ, ਅੱਜ 6 ਤਰੀਕ ਹੋ ਗਈ ਆ, 1 ਜੂਨ ਤੋਂ ਲੈ ਕੇ 6 ਤਰੀਕ ਤੱਕ ਜਿਹੜਾ ਹੈਗਾ 1984 ਦਾ ਜਿਹੜਾ ਘੱਲੂਘਾਰਾ ਜਿਹੜਾ ਹੈਗਾ ਜਿਹੜਾ ਮਨਾਇਆ ਜਾਂਦਾ ਹੈਗਾ, ਉਹਦੇ ਬਾਰੇ ਥੋੜਾ ਜਿਹਾ ਜੇ ਤੁਹਾਨੂੰ ਪਤਾ ਹੈ ਤੇ ਉਹਦੇ ਬਾਰੇ ਜ਼ਰੂਰ ਜਿਹੜਾ ਹੈਗਾ ਸੰਗਤਾਂ ਦਾ ਜਿਹੜਾ ਹੈਗਾ ਸ਼ੇਅਰ ਕਰੀਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਮਾਨਤਾਵਨ ਜੋ ਮੀਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਅਵਤਾਰ ਦਿਹਾੜਾ ਜਿਹੜਾ ਹੈ, ਜਿੱਥੇ ਜਿੱਥੇ ਗੁਰੂ ਨਾਨਕ ਲੇਵਾ ਸੰਗਤਾਂ ਵਸ ਰਹੀਆਂ ਹਨ ਮਨਾਇਆ ਗਿਆ ਹੈ, ਸਾਰੇ ਨੂੰ ਲੱਖ ਲੱਖ ਵਧਾਈ ਹੋਵੇ। ਅਤੇ ਜੋ 84 ਘੱਲੂਘਾਰਾ 1984 ਪਹਿਲੀ ਜੂਨ ਤੋਂ ਜਿਹੜਾ ਸਟਾਰਟ ਹੋ ਜਾਂਦਾ ਸੀਗਾ, ਸੋ ਉਹਦੇ ਵਿੱਚ ਧਰਮ ਦੀ ਰੱਖਿਆ ਵਾਸਤੇ, ਅਕਾਲ ਤਖਤ ਦੀ ਮਰਿਆਦਾ ਕਾਇਮ ਰੱਖਣ ਵਾਸਤੇ, ਸ਼੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਸਿੰਘ ਸੂਰਮੇ ਨੇ ਡਟ ਕੇ, ਜੋ ਜ਼ਾਲਮ ਸਰਕਾਰ ਹਿੰਦੁਸਤਾਨ ਦੀ ਨੇ ਟੈਂਕਾਂ ਅਤੇ ਤੋਪਾਂ ਦੇ ਨਾਲ ਅੜਾਉਣਾ ਚਾਹਿਆ, ਅਤੇ ਉਹਨਾਂ ਨੇ ਜੋ 4 ਜੂਨ ਤੱਕ ਤੇ ਗਹਿਮਾ ਗਹਿਮ ਆਪਣੀਆਂ ਗੋਲਿਆਂ ਦੀਆਂ ਮੀਂਹ ਵਰਸਾਏ, ਉੱਧਰੋਂ ਜਿਹੜੇ ਖਾਲਸੇ ਵੀ ਸੀ ਜੀ ਉਹਨਾਂ ਨੇ ਵੀ ਡਟ ਕੇ ਮੁਕਾਬਲਾ ਕੀਤਾ। ਜੋ ਜਿੰਨੇ ਵੀ ਉਹ ਸਿੰਘ ਸ਼ਹੀਦ ਹਨ ਹੋਏ ਉੱਥੇ, ਜੋ ਸੰਗਤਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸ਼ਹੀਦੀ ਤੇ ਦਰਸ਼ਨ ਕਰਨ ਗਈਆਂ ਸੀਆਂ, ਉੱਥੇ ਛੋਟੇ ਛੋਟੇ ਬੱਚੇ, ਬਜ਼ੁਰਗ, ਮਾਤਾਵਾਂ, ਭੈਣਾਂ ਵੀ ਉੱਥੇ ਖੂਨੀ ਬਾਟਾ ਛਾਗੀਆਂ, ਅਤੇ ਬਹੁਤ ਸਾਰਾ ਉੱਥੇ ਜ਼ੁਲਮ ਹੋਇਆ ਜੋ ਸਰਕਾਰ ਸਾਡੀ ਨੇ ਉੱਥੇ, ਅਜੇ ਤੱਕ ਵੀ ਉਹ ਚੱਲ ਰਿਹਾ ਹੈ, ਅਜੇ ਵੀ ਉਹ ਸਰਕਾਰਾਂ ਨਹੀਂ ਮੁੜੀਆਂ। ਸੋ ਇੱਕ ਵਿਦਵਾਨ ਕਹਿੰਦਾ ਹੈ, ਜੋ ਆਸ਼ਿਕ ਸ਼ਹਾਦਤ ਕੇ ਹੋਤੇ ਹੈ
ਜੋ ਆਸ਼ਿਕ ਸ਼ਹਾਦਤ ਕੇ ਹੋਤੇ ਹੈ ਵੋ ਜੀਣਾ ਛੋੜ ਦੇਤੇ ਹੈ, ਖਿਲੌਨਾ ਜਿਸਮ ਕੋ ਸਮਝ ਕਰ ਖੁਸ਼ੀ ਸੇ ਫੋੜ ਦੇਤੇ ਹੈ, ਨਾ ਹੂਰੋਂ ਕੀ ਨਾ ਤਖਤੋਂ ਕੀ ਹਸਰੇ ਤਿੰਨ ਕੋ ਖੁਦਾ ਖੁਦਾਈ ਵੀ ਦੇਵੇ ਤੋ ਵਾਪਸ ਮੋੜ ਦੇਤੇ ਹਨ। ਜਿਹੜੇ ਕੌਮ ਦੇ ਪਰਵਾਨੇ ਹੁੰਦੇ ਹਨ ਉਹਨਾਂ ਨੂੰ ਆਪਣੀ ਜਾਨ ਦਾ ਵੀ ਕੋਈ ਪਰਵਾਹ ਨਹੀਂ ਹੁੰਦੀ। ਹਾਂਜੀ ਬਿਲਕੁਲ ਜੀ ਬਿਲਕੁਲ, ਤੇ ਜਿਵੇਂ ਕਿ ਅੱਜ ਪੂਰੇ ਵਰਲਡ ਦੇ ਵਿੱਚ ਜਿਹੜਾ ਹੈਗਾ ਆ ਆਪਣੇ ਯੂਕੇ ਦੇ ਗੁਰੂ ਘਰ ਜਿਹੜੇ ਹੈਗੇ ਆ ਇਹ ਲੋਕਡਾਊਨ ਕਰਕੇ ਜਿਹੜੇ ਹੈਗੇ ਆ ਖੁੱਲੇ ਨਹੀਂ ਹੈਗੇ, ਸੰਗਤਾਂ ਮੱਥਾ ਟੇਕਣ ਨਹੀਂ ਜਾ ਸਕੀਆਂ ਹੈਗੀਆਂ, ਪਰ ਫਿਰ ਵੀ ਇਹ ਗੁਰੂ ਘਰਾਂ ਵੱਲੋਂ ਜਿਹੜਾ ਹੈਗਾ ਲਾਈਵ ਕਰਕੇ ਜਿਹੜਾ ਹੈਗਾ ਆ ਗੁਰੂ ਘਰਾਂ ਦੇ ਵਿੱਚ ਜਿਹੜਾ ਹੈਗਾ ਆ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਹੈਗਾ ਆ ਬੜੀ ਸ਼ਰਧਾ ਭਾਵ ਦੇ ਨਾਲ ਮਨਾਇਆ ਜਾ ਰਿਹਾ, ਤੇ ਕਈਆਂ ਗੁਰੂ ਘਰਾਂ ਦੇ ਵਿੱਚ ਸ਼ਾਮ ਨੂੰ ਜਿਹੜਾ ਹੈਗਾ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਕੀਰਤਨ ਹੋਣਾ ਆ ਤੇ ਉਹਦੇ ਵਿੱਚ ਵੀ ਸੰਗਤਾਂ ਨੂੰ ਜਿਹੜਾ ਹੈਗਾ ਆ ਸ਼ਾਮਿਲ ਕੀਤਾ ਜਾਣਾ ਹੈ ਆਨਲਾਈਨ ਜ਼ਰੀਏ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਬਿਲਕੁਲ ਬਿਲਕੁਲ ਜੀ, ਜਿੱਥੇ ਜਿੱਥੇ ਵੀ ਗੁਰੂ ਨਾਨਕ ਲੇਵਾ ਸੰਗਤਾਂ ਗੁਰੂ ਘਰ ਬਣੇ ਹੋਏ ਹਨ, ਹਾਂਜੀ ਉਹ ਗੁਰੂ ਤੋਂ ਭਾਵੇਂ ਗੁਰਦੁਆਰੇ ਭਾਵੇਂ ਲੋਕਡਾਊਨ ਦੇ ਵਿੱਚ ਬੰਦ ਕੀਤੇ ਹੋਏ ਹਨ, ਪਰ ਨਿਤਨੇਮ ਦੋਨੋਂ ਟਾਈਮ ਦੇ ਦਿਨੇ ਵੀ ਕੋਈ ਨਾ ਕੋਈ ਸਤਸੰਗ ਨਿਤਨੇਮ ਵਗੈਰਾ ਚੱਲਦੇ ਹਨ, ਅਤੇ ਫਿਰ ਵੀ ਜਿਹੜੀਆਂ ਉਤਸ਼ਾਹ ਵਾਲੀਆਂ ਹਨ ਬੇਪਰਵਾਹ ਹੋ ਕੇ ਸੰਗਤਾਂ ਦਰਸ਼ਨ ਕਰਨ ਵਾਸਤੇ ਜਾਂਦੀਆਂ, ਨਤਮਸਤਕ ਹੋ ਕੇ ਭਾਵੇਂ ਬਾਹਰਵੀਂ ਮੁੜ ਆਉਂਦੀਆਂ ਹਨ ਪਰ ਜ਼ਰੂਰ ਹਾਜ਼ਰੀਆਂ ਭਰਦੀਆਂ ਹਨ। ਪਰ ਜੋ ਸਾਡਾ ਮੀਡੀਆ ਜੋ ਤੁਸੀਂ ਉਪਰਾਲਾ ਕੀਤਾ ਹੈ ਜੋ ਆਪਣੇ ਯੂਟਿਊਬ ਚੈਨਲ ਤੋਂ ਸੰਗਤਾਂ ਨੂੰ ਦਰਸ਼ਨ ਕਰਾ ਰਹੇ ਹੋ, ਅੱਜ ਦਾ ਜੋ ਪ੍ਰੋਗਰਾਮ 84 ਦਾ ਘੱਲੂਘਾਰਾ ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਮੀਰੀ ਪੀਰ ਦੇ ਮਾਲਕ ਦੇ ਜੋ ਅਵਤਾਰ ਦਿਹਾੜੇ ਦੇ ਪੁਰਬ ਹਨ ਉਹ ਸੰਗਤਾਂ ਦੇ ਨਾਲ ਲੈਬ ਹੋ ਕੇ ਦਿਖਾ ਰਹੇ ਹੋ, ਅਸੀਂ ਇੰਟਰਨੈਸ਼ਨਲ ਪਾਠਸ਼ਾਹ ਕੌਂਸਲ ਨਿਊ ਵੱਲੋਂ ਅਰਦਾਸ ਕਰਦੇ ਹਾਂ ਇਸ ਯੂਟਿਊਬ ਚੈਨਲ ਤੁਹਾਡਾ ਜੋ ਹੈ ਭਾਈ ਰਣਜੀਤ ਸਿੰਘ ਆਨੰਦ ਉਹਨਾਂ ਨੇ ਚਲਾਇਆ, ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਵੀ ਕਰਾਂਗੇ ਇਸ ਚੈਨਲ ਨੂੰ ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ੇ, ਇਸੇ ਤਰ੍ਹਾਂ ਆਪਣੇ ਧਾਰਮਿਕ ਪ੍ਰੋਗਰਾਮ ਦੇ ਕੇ ਗੁਰੂ ਸਾਹਿਬਾਂ ਦੇ ਜੋ ਦਿਨ ਤਿਹਾੜੇ ਹਨ ਮਨਾਉਂਦੇ ਨੇ। ਬਿਲਕੁਲ ਜੀ ਬਿਲਕੁਲ, ਅਤੇ ਨਾਲ ਹੀ ਇੱਕ ਛੋਟੀ ਜਿਹੀ ਹੋਰ ਬੇਨਤੀ ਹੈ ਕਿ ਇੰਟਰਨੈਸ਼ਨਲ ਪਾਰਸੀ ਕੌਂਸਲ ਜਿਹੜੀ ਹੈਗੀ ਆ ਇਹਦੇ ਬਾਰੇ ਥੋੜੀ ਜਿਹੀ ਸੰਗਤਾਂ ਨੂੰ ਜਿਹੜੀ ਹੈਗੀ ਆ ਜਾਣਕਾਰੀ ਦਿਓ ਕਿ ਇਹ ਕਦੋਂ ਹੋਂਦ ਵਿੱਚ ਆਈ ਤੇ ਇਹਦੇ ਜਿਹੜੇ ਹੁਣ ਤੱਕ ਕਿਹੜੇ ਕਿਹੜੇ ਕਾਰਜ ਕੀਤੇ ਨੇ ਤੇ ਫਿਊਚਰ ਜਿਹੜੇ ਪਲਾਨ ਕਿਹੜੇ ਕਿਹੜੇ ਨੇ? ਹਾਂਜੀ ਸਭ ਤੋਂ ਪਹਿਲਾਂ ਤਕਰੀਬਨ ਇਹਨੂੰ 2 ਸਾਲ ਲਗਭਗ ਹੋ ਗਏ ਨੇ ਇੰਟਰਨੈਸ਼ਨਲ ਪਾਰਸੀ ਕੌਂਸਲ ਨੂੰ ਹੋਂਦ ਵਿੱਚ ਆਈ ਨੂੰ, ਜਿਹਦੇ ਵਿੱਚ ਬਹੁਤ ਵੱਡਾ ਇੱਕ ਪ੍ਰੋਗਰਾਮ ਅਸੀਂ ਜਦੋਂ ਸਟਾਰਟ ਕੀਤਾ ਤੇ ਬਰਮਿੰਗਮ ਦੇ ਵਿੱਚ ਗੁਰਦੁਆਰਾ ਹਾਈ ਗੇਟ ਉੱਥੇ ਇੱਕ ਪ੍ਰੋਗਰਾਮ ਰੱਖਿਆ ਸੀ ਜੋ ਕਿ ਸਾਡੀ ਪਹਾੜ ਬਰਾਦਰੀ ਦੇ ਤਕਰੀਬਨ 1918 ਤੋਂ ਇੱਥੇ ਸਾਬਤ ਸੂਰਤ ਦਸਤਾਰ ਪਹੁੰਚੇ ਸਨ ਇੰਗਲੈਂਡ ਦੀ ਧਰਤੀ 'ਤੇ, ਉਹਨਾਂ ਨੂੰ ਅਤੇ ਜਿਹੜੇ ਸਾਡੇ ਕੌਮ ਦੇ ਹੀਰੇ ਪਹਾੜ ਬਰਾਦਰੀ ਦੇ ਜਿਹਨਾਂ ਨੇ ਆਪਣੀ ਬਰਾਦਰੀ ਵਾਸਤੇ ਬਹੁਤ ਵੱਡੇ ਮਾਰਕੇ ਮਾਰੇ ਅਤੇ ਆਪਣਾ ਇਤਿਹਾਸ ਵੀ ਛਪਾਏ ਹੋਏ ਸਨ ਅਤੇ ਹੋਰ ਛਪਾਉਣ ਦੀ ਯਤਨ ਕੀਤੇ ਜਾ ਰਹੇ ਹਨ। ਉਸ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਪ੍ਰੋਗਰਾਮ ਜਿੱਥੇ ਲੋੜਵੰਦਾਂ ਦੀਆਂ ਸੇਵਾਵਾਂ ਸਨ ਇੰਡੀਆ ਪੰਜਾਬ ਦੇ ਵਿੱਚ ਉਹ ਵੀ ਨਿਭਾਈਆਂ ਗਈਆਂ, ਅਤੇ ਇੱਕ ਸਾਡੇ ਭੱਟਾਂ ਦਾ ਦਿਵਸ ਕਿਸੇ ਨੇ ਵੀ ਅਜੇ ਤੱਕ ਨਹੀਂ ਸੀ ਮਨਾਇਆ ਤੇ ਉਹ ਉਪਰਾਲਾ ਕਰਕੇ ਪਿਛਲੇ ਸਾਲ ਦੱਸ ਰਹੇ ਸਾਡੇ ਭਾਈ ਸੁਰਿੰਦਰ ਸਿੰਘ ਜੀ ਆਨੰਦ ਅਤੇ ਜਗੀਰ ਸਿੰਘ ਜੀ ਹਮਦਰਦ, ਹਰਦਿਆਲ ਸਿੰਘ ਰਸੀਲਾ ਦਾਸ ਇੰਡੀਆ ਤੋਂ ਜਿਹੜੇ ਸਾਡੇ ਮੁੱਖ ਸੇਵਾਦਾਰ ਸਨ ਭਾਈ ਜੀ ਪੀ ਸਿੰਘ ਲਗੇਰੀ ਉਹਨਾਂ ਦੇ ਨਾਲ
ਹੋਰ ਸਾਡੇ ਨਾਲ ਕਾਫੀ ਸਿੰਘ ਸਨ। ਅਸੀਂ ਅਕਾਲ ਤਖ਼ਤ ਜਥੇਦਾਰ ਭਾਈ ਹਰਪ੍ਰੀਤ ਸਿੰਘ ਸਾਹਿਬ ਨੂੰ ਜਾ ਕੇ ਮਿਲੇ, ਉਹਨਾਂ ਨੂੰ ਇੱਕ ਪੱਤਰ ਦਿੱਤਾ ਅਸੀਂ, ਮੋਰੰਡਮ ਦਿੱਤਾ, ਜਿਹਦੇ ਵਿੱਚ ਅਸੀਂ ਉਹਨਾਂ ਨੂੰ ਦਰਸਾਇਆ ਕਿ ਪੱਟਾਂ ਦਾ ਦਿਵਸ ਜ਼ਰੂਰ ਮਨਾਉਣਾ ਚਾਹੀਦਾ ਹੈ, ਅਤੇ ਉਹਨਾਂ ਨੇ ਬੇਨਤੀ ਪ੍ਰਵਾਨ ਕੀਤੀ। ਹੋਰ ਵੀ ਇੱਥੇ ਦੀਆਂ ਜਥੇਬੰਦੀਆਂ ਨੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਬਾਅਦ ਵਿੱਚ, ਅਤੇ ਉਹ ਪਿਛਲੇ ਸਾਲ 15 ਸ਼ਾਇਦ ਸਤੰਬਰ ਨੂੰ ਮਨਾਇਆ ਗਿਆ ਸੀ, ਐਤਕੀ ਵੀ 12 ਸਤੰਬਰ ਨੂੰ ਮਨਾਇਆ ਜਾਣਾ, ਜਿਹੜੀ ਪੱਕੀ ਡੇਟ ਉਹਨਾਂ ਦੱਸੀ ਹੈ। ਮੇਰੇ ਖਿਆਲ ਨਾਲ ਉਹਨਾਂ ਦੇ ਨਾਲ ਜਿਹੜੀ ਕਾਲ ਸੀ ਉਹ ਕੱਟ ਆਫ ਹੋ ਗਈ ਹੈ, ਇਹ ਦੁਬਾਰਾ ਜੁੜ ਗਏ ਨੇ, ਚੱਲਦੇ ਆ ਜੀ। ਹਾਂ ਹੈਲੋ ਜੀ, ਮੇਰੇ ਖਿਆਲ ਨਾਲ ਕੋਈ, ਕਿਉਂਕਿ ਇੰਟਰਨੈਟ ਦੀ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ ਉਹ ਸਾਨੂੰ ਬਹੁਤ ਜ਼ਿਆਦਾ ਫੇਸ ਜਿਹੜੀ ਹੈਗੀ ਆ ਕਰਨੀ ਪੈ ਰਹੀ ਆ, ਕਿਉਂਕਿ ਇਹ ਬਹੁਤ ਘਰ ਬੈਠੇ ਹੋਣ ਕਰਕੇ, ਇਸ ਕਰਕੇ ਲੋਕਾਂ ਨੇ ਬਹੁਤ ਇੰਟਰਨੈਟ ਨੂੰ ਯੂਜ਼ ਕਰ ਰਹੇ ਨੇ, ਅਤੇ ਇਸ ਕਰਕੇ ਸਪੀਡਾਂ ਜਿਹੜੀਆਂ ਇੰਟਰਨੈਟ ਦੀਆਂ ਹੈਗੀਆਂ ਉਹ ਸਲੋਅ ਹੋ ਚੁੱਕੀਆਂ ਹੋਈਆਂ ਨੇ। ਅਤੇ ਜਿੰਨਾ ਕੁ ਦੱਸ ਕੇ ਗਏ ਨੇ ਜਰਨੈਲ ਸਿੰਘ ਜੀ ਪ੍ਰਭਾਕਰ, ਇਹ ਜਿਹੜੇ ਕਿ ਐਡਮਿਨ ਨੇ ਵਟਸਐਪ ਪੇਜ ਦੇ, ਅਤੇ ਹੋਰ ਵੀ ਜਿਹੜੀਆਂ ਹੈਗੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਨੇ ਇਸ ਵੇਲੇ ਇਹਦੇ ਵਿੱਚ ਰਹਿ ਕੇ ਨਿਭਾ ਰਹੇ ਨੇ ਇੰਟਰਨੈਸ਼ਨਲ ਭਾਰਤ ਸਿੱਖ ਕੌਂਸਲ ਦੇ ਵਿੱਚ। ਤੇ ਹੁਣ ਸਾਡੇ ਨਾਲ ਜੀ ਜੁੜੇ ਹੋਏ ਨੇ ਜੀ ਇਸ ਵੇਲੇ ਦਲੇਰ ਸਿੰਘ ਜੀ ਪਾਕੜ ਤੋਤਿਆਂ ਵਾਲੇ, ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਤੇ ਇੱਥੇ ਲੈਂਦੇ ਹਾਂ ਜੀ ਛੋਟੀ ਜੀ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਛੇਤੀ ਹੀ ਤੁਹਾਡੇ ਰੂਬਰੂ ਉਹਨਾਂ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ ਜੀ। ਚੱਲਦੇ ਹਾਂ ਜੀ, ਇਹ ਤੁਹਾਨੂੰ ਛੱਡ ਕੇ ਜਾ ਰਿਹਾ ਜੀ ਇਸ ਗੀਤ ਨਾਲ, ਤੇ ਗੀਤ ਨੂੰ ਕਰੋ ਇੰਜੋਏ, ਤੇ ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਇਸ ਤਰ੍ਹਾਂ ਹੀ ਕੰਟੀਨਿਊ ਅਸੀਂ ਜਾਰੀ ਰੱਖਾਂਗੇ ਜੀ। ਚੱਲਦੇ ਹਾਂ ਜੀ ਇਸ ਗੀਤ। ਕਈ ਸਰਕਾਰਾਂ ਡਾਡੀਆਂ ਨਾ ਮੱਥਾ ਲਾਇਆ ਮੈਂ। ਬਿਲਕੁਲ ਜੀ, ਟਰਾਈ ਕਰਦੇ ਪਏ ਸੀ ਜੀ ਆਪਣੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸੀ, ਪਰ ਇੰਟਰਨੈਟ ਦੀ ਜਿਹੜੀ ਹੈਗੀ ਆ ਉਹ ਜਿਹੜੀ ਪ੍ਰੋਬਲਮ ਸਭ ਤੋਂ ਵੱਡੀ ਜਿਹੜੀ ਹੈਗੀ ਆ ਸਾਨੂੰ ਇਸ ਵੇਲੇ ਫੇਸ ਕਰਨੀ ਪੈ ਰਹੀ ਹੈ। ਤੇ ਇਹ ਚੱਲਦੇ ਹਾਂ ਜੀ, ਤੁਹਾਨੂੰ ਲੈ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਅੰਦਰ ਜਿਹੜਾ ਮਾਹੌਲ ਸੀ ਜਦੋਂ 1984 ਦੇ ਵਿੱਚ ਮੌਜੂਦਾ ਸਰਕਾਰ ਵੱਲੋਂ ਜਿਹੜਾ ਹੈਗਾ ਸੀ ਉੱਥੇ ਅਟੈਕ ਕੀਤਾ ਗਿਆ, ਉਸ ਟਾਈਮ ਜਿਹੜਾ ਹੈਗਾ ਸੀ ਸਿੰਘਾਂ ਨਾਲ ਕੀ ਭਾਣਾ ਵਰਤਿਆ ਜਾਂ ਕੀ ਉੱਥੇ ਜਿਹੜਾ ਹੈਗਾ ਆ ਹੋਇਆ, ਉਹ ਵੀ ਨਜ਼ਾਰਾ ਜਿਹੜਾ ਹੈਗਾ ਤੁਹਾਡੇ ਰੂਬਰੂ ਕਰਨ ਜਾ ਰਿਹਾ, ਤੇ ਚੱਲਦੇ ਹਾਂ ਜੀ ਉਹਨੂੰ ਦੇਖਦੇ ਹਾਂ, ਤੇ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਵਿੱਚ ਹੀ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਦੇ ਨਾਲ ਦੁਬਾਰਾ ਕੰਟੈਕਟ ਕਰਕੇ ਤੇ ਤੁਹਾਡੇ ਰੂਬਰੂ ਜਿਹੜਾ ਹੈਗਾ ਆ ਉਹ ਕੀਤਾ ਜਾਵੇ, ਤੇ ਉਹਨਾਂ ਦੇ ਨਾਲ ਹੋਰ ਜਾਣਕਾਰੀ ਜਿਹੜੀ ਹੈਗੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ। ਚੱਲਦੇ ਹਾਂ ਜੀ ਇਹ ਉਸ ਕਲਿੱਪ ਵੱਲ, ਉਸ 1984 ਦੇ। Thank you.
ਡਾਇਵਰਸ਼ਨ ਕੀ ਕਰਾਈ ਹੇਅਰ ਆਲਸੋ ਯਾ ਯਾ So you can talk to patients. From a distance, an uneasy calm appeared to have settled over the Golden Temple, but close up, the effects of the 10-day siege between Sikh extremists and soldiers were apparent. After the surrender of 46 militants on Wednesday, Indian troops again controlled the temple, the Sikh faith's holiest shrine. Their first task was the removal of bodies from the temple complex. Two corpses had to be retrieved from the sacred lake, which must now be drained and refilled. The death toll during the siege was 45, mostly militants. The violence across the Punjab state since the surrender has claimed dozens of lives. The Indian government hopes to reopen the Golden Temple for worship, but the damage inflicted both inside and out during the siege was extensive. Normally spotless offices inside the temple grounds were littered with rubbish and rubble, and the cleanup job is expected to take weeks.
The militants were well armed for an extended occupation of the Holy Sanctum. After the siege, police displayed the large cache of weapons found inside, which included anti-tank rockets and more than 3,000 rounds of ammunition. Sikh elders say they'll cooperate with police to prevent future attempts to turn the Golden Temple into an armed fortress. ਬਿਲਕੁਲ ਜੀ, ਹੁਣੇ ਹੀ ਤੁਸੀਂ ਬੜੇ ਹੀ ਪਿਆਰ ਨਾਲ ਇਹ ਜਿਹੜੀ ਚੀਜ਼ ਜਿਹੜੀ ਹੈਗੀ ਇਹ ਦੇਖੀ ਹੈ, ਕਿਉਂਕਿ ਬਹੁਤ ਜ਼ਿਆਦਾ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਦੇਖ ਕੇ ਜਿਹੜਾ ਹੈਗਾ ਮਨ ਥੋੜ੍ਹਾ ਜਿਹਾ ਹੋਰ ਤਰ੍ਹਾਂ ਜਿਹਾ ਹੋਣ ਲੱਗ ਪੈਂਦਾ ਹੁੰਦਾ ਕਿ ਇੱਕ ਗੁਰੂ ਘਰ ਦੇ ਉੱਤੇ ਹਮਲਾ, ਨਿਹੱਥੇ ਜਿਹੜੇ ਹੈਗੇ ਸੀ, ਜਿਹੜੇ ਬੰਦੇ ਜਿਹੜੇ ਹੈਗੇ ਸੀ ਮੱਥਾ ਟੇਕਣ ਗਏ ਹੋਏ ਸੀ, ਉਹਨਾਂ ਦੇ ਉੱਤੇ ਗੋਲੀਆਂ ਚੱਲੀਆਂ ਅਤੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਹੈਗੀਆਂ ਨੇ ਪਰਿਕਰਮਾ ਦੇ ਵਿੱਚ, ਜਿਹੜਾ ਪੱਥਰ ਚਿੱਟਾ ਸੀ ਉਹ ਜਿਹੜਾ ਲਾਲ ਹੋ ਗਿਆ। ਅੱਜ ਵੀ ਇਹ ਕਿਸੇ ਵੇਲੇ ਜਾ ਕੇ ਉੱਥੇ ਜਦੋਂ ਧਿਆਨ ਨਾਲ ਦੇਖੋਗੇ ਕਿ ਅੱਜ ਵੀ ਜਦੋਂ ਅਸੀਂ ਪਰਿਕਰਮਾ ਦੇ ਵਿੱਚ ਤੁਰਦੇ ਹਾਂ ਤੇ ਇਹ ਮਹਿਸੂਸ ਹੁੰਦਾ ਹੈ ਕਿ ਅੱਜ ਵੀ ਅਸੀਂ ਉੱਥੇ ਲਾਸ਼ਾਂ ਦੇ ਉੱਤੇ ਤੁਰਦੇ ਹਾਂ ਕਿ ਸਾਡੇ ਪੈਰਾਂ ਦੇ ਵਿੱਚ ਉਹਨਾਂ ਸ਼ਹੀਦਾਂ ਦੀਆਂ ਲਾਸ਼ਾਂ ਜਿਹੜੀਆਂ ਹੈਗੀਆਂ ਨੇ, ਉਹਨਾਂ ਸ਼ਹੀਦਾਂ ਦੀਆਂ ਲਾਸ਼ਾਂ ਜਿਹੜੀਆਂ ਹੈਗੀਆਂ ਨੇ ਥੱਲੇ ਪਈਆਂ ਹੋਈਆਂ ਨੇ। ਕਿਉਂਕਿ ਉਹ ਜਿਹੜਾ ਮੰਜਰ ਜਿਹੜਾ ਸੀ, ਬੇਸ਼ੱਕ ਉਦੋਂ ਅਸੀਂ ਛੋਟੇ ਸੀ ਜਾਂ ਦੇਖ ਨਹੀਂ ਸਕੇ ਜਿਹੜੇ ਜਿਹਨਾਂ ਦਾ ਜਨਮ ਬਾਅਦ ਚ ਹੋਇਆ, ਪਰ ਅੱਜ ਵੀ ਜਿਹੜਾ ਹੈਗਾ ਆ, ਅੱਜ ਵੀ ਉੱਥੇ ਜਿਹੜਾ ਨਜ਼ਾਰਾ ਜਿਹੜਾ ਹੈਗਾ ਆ ਦੇਖਣ ਨੂੰ ਮਿਲਦਾ ਹੈਗਾ। ਅੱਜ ਵੀ ਜਿਹੜੀਆਂ ਕਿਹੜੀਆਂ ਥਾਵਾਂ ਦੇ ਉੱਤੇ ਗੋਲੀਆਂ ਲੱਗੀਆਂ, ਅੱਜ ਵੀ ਉਹ ਨਿਸ਼ਾਨ ਜਿਹੜੇ ਹੈਗੇ ਆ ਉਹ ਕਈਆਂ ਥਾਵਾਂ ਦੇ ਉੱਤੇ ਉਸ ਤਰ੍ਹਾਂ ਹੀ ਹੈ ਨੇ। ਤੇ ਚੱਲਦੇ ਹਾਂ ਜੀ, ਸਾਡੇ ਨਾਲ ਜਿਹੜੇ ਜੁੜੇ ਸਨ ਮੇਰੇ ਖਿਆਲ ਨਾਲ ਕੋਲ ਫੇਰ ਡਿਸਕਨੈਕਟ ਹੋ ਗਈ ਆ, ਤੇ ਕੋਸ਼ਿਸ਼ ਕਰਦੇ ਹਾਂ ਦੁਬਾਰਾ ਉਹਨਾਂ ਦੇ ਨਾਲ ਰਾਬਤਾ ਕਰਨ ਦੀ। ਤੇ ਚੱਲਦੇ ਆ ਜੀ ਇਸ ਗੀਤ ਨਾਲ, ਤੇ ਗੀਤ ਵੱਲ ਚੱਲਦੇ ਆ ਤੇ ਗੀਤ ਤੋਂ ਬਾਅਦ ਨਾਲ ਹੀ ਜੇ ਵਿੱਚ ਸਾਡੇ ਨਾਲ ਕੋਲ ਜੁੜ ਗਈ ਤੇ ਅਸੀਂ ਦੁਬਾਰਾ ਜਿਹੜਾ ਹੈਗਾ ਆ ਉਹਨਾਂ ਨਾਲ ਕੰਟੈਕਟ ਕਰਕੇ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਦੇ ਆ ਜੀ। ਸੁਣਦੇ ਆ ਜੀ ਬੜੇ ਪਿਆਰ ਦੇ ਨਾਲ ਇਸ ਗੀਤ ਨੂੰ ਜੀ। ਬਿਲਕੁਲ ਜੀ, ਸਾਡੇ ਨਾਲ ਇਸ ਵੇਲੇ ਦਲੇਰ ਸਿੰਘ ਜੀ ਭਾਕੜ ਤੋਤਿਆਂ ਵਾਲੇ, ਉਹ ਵੀ ਜੁੜ ਚੁੱਕੇ ਹੋਏ ਨੇ ਤੇ ਉਹਨਾਂ ਦਾ ਫਤਿਹ ਬੁਲਾਉਂਦੇ ਆ ਜੀ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਕਾਫੀ ਮੁਸ਼ਕਤ ਬਾਅਦ ਤੁਹਾਡੀਆਂ ਜਿਹੜੀਆਂ ਹੈਗੀਆਂ ਲਾਈਨਾਂ ਮਿਲੀਆਂ ਨੇ, ਕਿਉਂਕਿ ਕਸੂਰ ਤੁਹਾਡਾ ਨਹੀਂ ਸਾਡਾ ਨਹੀਂ, ਕਿਉਂਕਿ ਇਹ ਜਿਹੜਾ ਇੰਟਰਨੈਟ ਇਹ ਕਾਫੀ ਜਿਹੜਾ ਹੈਗਾ ਸਲੋ ਹੋਇਆ ਉਹਦੇ ਕਰਕੇ ਇਹ ਲਾਈਨਾਂ ਜਿਹੜੀਆਂ ਹੈਗੀਆਂ ਮਿਲ ਕੇ ਡਿਸਕਨੈਕਟ ਹੋ ਜਾਂਦੀਆਂ ਨੇ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇਹ ਸਾਂਝਾ ਪੰਜਾਬ ਲਾਈਵ ਦੇ ਵਿੱਚ। ਇਹ ਤੁਸੀਂ ਆਪਣੇ ਫੋਨ ਨੂੰ ਥੋੜਾ ਜਿਹਾ ਘੁਮਾ ਲਓਗੇ ਨਾ, ਲੰਮੇ ਰੋਕ ਕਰ ਲਓਗੇ ਤੇ ਉਹ ਫੋਟੋ ਥੋੜੀ ਜਿਹੀ ਵੱਡੀ ਹੋ ਜਾਏਗੀ। ਹਾਂਜੀ ਬਿਲਕੁਲ ਵਧੀਆ ਜੀ। ਤੇ ਬਹੁਤ ਬਹੁਤ ਤੁਹਾਡਾ ਜੀ ਸਵਾਗਤ ਹੈ ਜੀ ਇਹ ਸਾਂਝਾ ਪੰਜਾਬ ਲਾਈਵ ਦੇ ਵਿਹੜੇ ਦੇ ਵਿੱਚ। ਤੇ ਬਹੁਤ ਬਹੁਤ ਨਾਲੇ ਤੁਹਾਨੂੰ ਵਧਾਈਆਂ ਜੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੀਆਂ ਗੁਰਪੁਰਬ ਦੀਆਂ। ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦਾ ਹੈ। ਹਾਂਜੀ, ਅਤੇ ਇਹ ਜੋ 6 ਜੂਨ ਦਾ ਘੱਲੂਘਾਰਾ ਸੀ, ਉਹਨਾਂ ਦੇ ਜਿੰਨੇ ਵੀ ਆਪਣੇ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾਂਜਲੀ ਪੇਸ਼ ਕਰਦਾ ਹੈ। ਸੋ 2 ਲਾਈਨਾਂ ਹੀ ਆਪ ਜੀ ਦੇ ਸਾਹਮਣੇ ਨਾਲ ਸਾਂਝੀਆਂ ਕਰਾਂਗਾ। ਹਾਂਜੀ ਬਿਲਕੁਲ, ਕਵੀ ਨੇ ਲਿਖਿਆ ਨੇ, ਵਾਹ ਓਏ ਦੁਨੀਆਂ ਦੇ ਆ ਮਾਲਕਾ, ਵਾਹ ਓਏ ਦੁਨੀਆਂ ਦੇ ਆ ਮਾਲਕਾ, ਤੂੰ ਵੱਖਰਾ ਧਰਮ ਚਲਾ ਦਿੱਤਾ, ਪਾ ਪਾਣੀ ਵਿੱਚ ਗੁਰਬਾਣੀ ਰਸ, ਤੂੰ ਉਸਨੂੰ ਅੰਮ੍ਰਿਤ ਬਣਾ ਦਿੱਤਾ, ਜੋ ਚਿੜੀਆਂ ਕੋਲੋਂ ਡਰਦੇ ਸਨ ਉਹਨਾਂ ਨੂੰ ਸ਼ੇਰ ਬਣਾ ਦਿੱਤਾ, ਵਾਹ ਓਏ ਦੁਨੀਆਂ ਦੇ ਆ ਮਾਲਕਾ, ਤੂੰ ਵੱਖਰਾ ਧਰਮ ਚਲਾ ਦਿੱਤਾ।
ਸੋ ਇਹੀ ਚੈਨਲਾਂ ਨਾਲ ਅੱਜ ਆਪ ਦੇ ਨਾਲ ਸਾਂਝੀਆਂ ਕਰਾਂਗਾ। ਸੋ ਹੁਣ ਤਾਂ ਆਪਣਾ ਜੁਆਇਨਿੰਗ ਹੋ ਗਏ ਹਾਂ ਅਤੇ ਦੁਬਾਰਾ ਜੋ ਵੀ ਸੰਗਤਾਂ ਦਾ ਹੁਕਮ ਹੋਏ ਕਰੇਗਾ ਆਪ ਜੀ ਨਾਲ ਸਾਂਝਾ ਕਰਿਆ ਕਰਾਂਗੇ। ਬਹੁਤ ਬਹੁਤ ਆਪ ਜੀ ਦਾ ਧੰਨ ਔਰ ਚੜ੍ਹਦੀ ਕਲਾ ਔਰ ਦੁਬਾਰਾ ਸਰਬੱਤ ਸਾਹ ਸੰਗਤ ਜੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਅਤੇ ਘੱਲੂਘਾਰਾ ਦੇ ਸ਼ਹੀਦਾਂ ਨੂੰ ਕੋਟੀ ਕੋਟ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ, ਥੈਂਕ ਯੂ ਜੀ, ਥੈਂਕ ਯੂ। ਇਹ ਸਨ ਜੀ ਦਲੇਰ ਸਿੰਘ ਜੀ ਭਾਕੜ ਤੋਤਿਆਂ ਵਾਲੇ, ਇਹ ਉਹਨਾਂ ਦੇ ਨਾਲ ਤੁਸੀਂ ਇਹ ਗੱਲਬਾਤ ਸੁਣੀ ਤੇ ਉਹਨਾਂ ਨੇ ਚਾਰ ਲਾਈਨਾਂ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਹੈਗਾ ਦੱਸ ਦਿੱਤਾ, ਐਕਸਪਲੇਨ ਕਰ ਦਿੱਤਾ। ਤੇ ਜਿਹੜੇ ਸ਼ਹੀਦ 1984 ਦੇ ਵਿੱਚ ਹੋਏ ਸੀ ਉਹਨਾਂ ਨੂੰ ਪ੍ਰਣਾਮ ਵੀ ਕੀਤਾ। ਤੇ ਕਿਉਂਕਿ ਟਾਈਮ ਜਿਹੜਾ ਹੈਗਾ ਆ ਆਪਾਂ ਨੂੰ ਇਜਾਜ਼ਤ ਹੋਰ ਜਿਹੜਾ ਨਹੀਂ ਦੇ ਰਿਹਾ, ਕਿਉਂਕਿ ਇਹ ਟਾਈਮ ਲਿਮਿਟ ਜਿਹੜੀ ਹੁੰਦੀ ਆ ਉਹ ਬੱਝੀ ਹੁੰਦੀ ਆ, ਇਸ ਕਰਕੇ ਇਹ ਪ੍ਰੋਗਰਾਮ ਕਰਦਿਆਂ ਕਈ ਐਸੀਆਂ ਗਲਤੀਆਂ ਹੋ ਜਾਂਦੀਆਂ ਨੇ ਜੋ ਕਿ ਨਹੀਂ ਹੋਣੀਆਂ ਚਾਹੀਦੀਆਂ। ਹੱਥ ਜੋੜ ਕੇ ਮਾਫੀ ਮੰਗਦੇ ਹਾਂ। ਤੇ ਜਿੰਨੇ ਵੀ ਇਸ ਵੇਲੇ ਹੁਣ ਤੱਕ ਗੈਸਟ ਆਏ ਨੇ ਸਾਰਿਆਂ ਨੇ ਹੀ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਹ ਜਾਣਕਾਰੀ ਜਿਹੜੀ ਹੈਗੀ ਆ ਤੁਹਾਡੇ ਨਾਲ ਸਾਂਝੀ ਕੀਤੀ ਗਈ। ਤੇ ਹੋਰ ਵੀ ਜਾਣਕਾਰੀਆਂ ਸਨ ਉਹ ਵੀ ਜਿਹੜੀਆਂ ਹੈਗੀਆਂ ਸਨ, ਹੋਰ ਵੀ ਜਿਹੜੇ ਹੈਗੇ ਸਨ ਸੱਜਣ ਮਿੱਤਰ ਜਿਹੜੇ ਹੈਗੇ ਪਤਵੰਤੇ ਸੱਜਣ ਜਿਹੜੇ ਸਨ ਉਹ ਕਿਊ ਦੇ ਵਿੱਚ ਸਨ। ਤੇ ਟਾਈਮ ਦੀ ਲਿਮਿਟ ਜਿਹੜੀ ਹੈਗੀ ਆ ਉਹਨੂੰ ਵੀ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਹੈਗੇ, ਉਹ ਲੈ ਕੇ ਹੀ ਚੱਲਣਾ ਪੈਂਦਾ ਹੈਗਾ। ਤੇ ਹੋਰ ਕਿਸੇ ਦਿਨ ਜਿਹੜਾ ਹੈਗਾ ਆ ਇਹ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈਗੀ ਆ ਜਿਹੜੇ ਰਹਿ ਗਏ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ। ਤੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਆਪਣੇ ਕਮੈਂਟ ਜ਼ਰੀਏ ਜਿਹੜਾ ਹੈਗਾ ਜ਼ਰੂਰ ਦੱਸਣ ਦੀ ਖੇਚਲ ਕਰਨੀ, ਕਿਉਂਕਿ ਤੁਹਾਡੇ ਕਮੈਂਟ ਹੀ ਦੱਸਦੇ ਨੇ ਕਿ ਪ੍ਰੋਗਰਾਮ ਕਿਸ ਤਰ੍ਹਾਂ ਦਾ ਹੋਇਆ ਹੈਗਾ, ਪ੍ਰੋਗਰਾਮ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਹੋਣ ਤੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ। ਇਹ ਸਿਰਫ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਜੇ ਤੁਸੀਂ ਕਮੈਂਟ ਜ਼ਰੀਏ ਇਸ ਪੇਜ ਦੇ ਉੱਤੇ ਤੁਸੀਂ ਕਮੈਂਟ ਕਰਦੇ ਹੋ ਜਾਂ ਯੂਟਿਊਬ ਚੈਨਲ ਦੇ ਉੱਤੇ ਜੇ ਸਬਸਕ੍ਰਾਈਬ ਕੀਤਾ ਹੋਇਆ ਹੈ ਤੇ ਉਹਦੇ ਜ਼ਰੀਏ ਤੁਸੀਂ ਇਹ ਸਾਡੇ ਨਾਲ ਕੰਟੈਕਟ ਰੱਖਦੇ ਹੋ ਤੇ ਤਾਂ ਜਿਹੜੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਆਪਣੇ ਕਮੈਂਟ ਜ਼ਰੀਏ ਸਾਡੇ ਤੱਕ ਭੇਜਦੇ ਹੋ, ਕਿਉਂਕਿ ਸਾਡੇ ਇਹ ਚੱਲਦੇ ਚੱਲਦੇ ਇਹ ਮੈਸੇਜ ਵੀ ਬਹੁਤ ਆਏ ਨੇ ਤੇ ਮੈਸੇਜ ਵੀ ਜਿਹੜੇ ਹੈਗੇ ਨੇ ਉਹ ਵੀ ਪੜ੍ਹਨੇ ਸੀ ਪਰ ਉਹ ਵੀ ਇਸੇ ਕਰਕੇ ਟਾਈਮ ਦੀ ਸ਼ੋਰਟੇਜ ਹੋਣ ਕਰਕੇ ਨਹੀਂ ਪੜ੍ਹ ਸਕੇ ਹੈਗੇ, ਕਿਉਂਕਿ ਜਿਹੜੇ ਮੈਸੇਜ ਹੁੰਦੇ ਨੇ ਉਹ ਵਟਸਐਪ ਦਾ ਨੰਬਰ ਜਿਹੜਾ ਹੈਗਾ ਸਕਰੀਨਾਂ ਦੇ ਉੱਤੇ ਚੱਲ ਰਿਹਾ ਉਹਨਾਂ ਤੇ ਮੈਸੇਜ ਆਉਂਦੇ ਨੇ, ਆਪਣੀਆਂ ਆਪਣੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਨਾਲ ਸ਼ੇਅਰ ਕਰਦੇ ਨੇ। ਮੈਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਸਾਨੂੰ ਇੱਕ ਮੈਸੇਜ ਜਿਹੜਾ ਹੈਗਾ ਮੈਂ ਜਾਂਦਿਆਂ ਜਾਂਦਿਆਂ ਉਹਨੂੰ ਪੜ੍ਹਿਆ ਮੈਂ ਤੇ ਉਹਨੂੰ ਦੱਸ ਦਿੰਦਾ ਕਿ ਸਾਡੇ ਕੁਲਜੀਤ ਭਾਜੀ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਲੰਡਨ ਤੋਂ ਸਾਨੂੰ ਮੈਸੇਜ ਕੀਤਾ ਹੈਗਾ ਕਿ ਭਾਜੀ ਅੱਗੇ ਤੁਸੀਂ ਜਿਹੜਾ ਹੈਗਾ ਆ ਰੋਜ਼ ਹੀ ਇਹ ਬਿਨਾਂ ਨਾਗੇ ਇਹ ਤੁਸੀਂ ਆਨਲਾਈਨ ਹੁੰਦੇ ਸੀ ਤੇ ਪਰ ਹੁਣ ਅੱਜ ਕੱਲ੍ਹ ਜਿਹੜਾ ਹੈਗਾ ਆ ਦੋ ਤਿੰਨ ਦਿਨ ਬਾਅਦ ਜਿਹੜਾ ਹੈਗਾ ਆਨਲਾਈਨ ਹੁੰਦੇ ਹੋ, ਇਹਦਾ ਕੀ ਕਾਰਨ ਹੈਗਾ? ਅੱਗੇ ਤੁਹਾਡਾ ਪ੍ਰੋਗਰਾਮ ਅਸੀਂ ਬੜੇ ਹੀ ਪਿਆਰ ਦੇ ਨਾਲ ਸੁਣਦੇ ਸੀ ਤੇ ਬਹੁਤ ਹੀ ਮਜ਼ਾ ਜਿਹੜਾ ਹੈਗਾ ਆਉਂਦਾ ਸੀ ਤੇ ਇਸ ਕਰਕੇ ਇਹ ਤੁਸੀਂ ਜਿਹੜਾ ਹੈਗਾ ਆਪਣੇ ਪ੍ਰੋਗਰਾਮ ਨੂੰ ਕੰਟੀਨਿਊ ਰੱਖੋ ਤਾਂ ਜੋ ਅਸੀਂ ਇਸ ਪ੍ਰੋਗਰਾਮ ਨੂੰ ਇਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈਗਾ ਆ ਸੁਣ ਸਕੀਏ ਤੇ ਜਿਹੜੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਮਿਲਦੀਆਂ ਸਨ ਤੇ ਜਿਹੜੇ ਕੋਰੋਨਾ ਦੇ ਪੇਸ਼ੈਂਟ ਵਗੈਰਾ ਸਨ ਉਹਨਾਂ ਦੀ ਜਾਣਕਾਰੀ ਵੀ ਮਿਲਦੀ ਸੀ, ਮਾਹੌਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਕੀ ਆ ਤੇ UK ਦੇ ਵਿੱਚ ਕੀ ਹੈਗਾ ਆ ਉਹ ਵੀ ਜਿਹੜੀ ਜਾਣਕਾਰੀ ਜਿਹੜੀ ਹੈਗੀ ਤੁਹਾਨੂੰ ਸਾਨੂੰ ਜਿਹੜੀ ਹੈਗੀ ਤੁਹਾਡੇ ਪ੍ਰੋਗਰਾਮ ਜ਼ਰੀਏ ਸਾਨੂੰ ਜਿਹੜੀ ਹੈਗੀ ਸਾਫ਼ ਅੱਖਰਾਂ ਦੇ ਵਿੱਚ ਸੁਣਨ ਨੂੰ ਮਿਲਦੀ ਸੀ। ਭਾਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਕਿ ਤੁਸੀਂ ਇੰਨਾ ਪਿਆਰ ਮੁਹੱਬਤ ਜਿਹੜਾ ਹੈਗੇ ਤੁਸੀਂ ਦਿਖਾਉਂਦੇ ਜੇ ਤੇ ਤਾਂ ਹੀ ਜਿਹੜਾ ਹੈਗਾ ਇਹ ਪੇਜ ਜਿਹੜਾ ਹੈਗਾ ਚੱਲ ਰਿਹਾ ਇਸ ਵੇਲੇ ਦਿਨ ਰਾਤ ਚੌਗਣੀਆਂ ਤਰੱਕੀਆਂ ਦੇ ਵਿੱਚ ਹੈ ਇਹ ਪੇਜ ਹੈ, ਕਿਉਂਕਿ ਇਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਤੁਹਾਡੇ ਵਰਗੇ ਵੀਰਾਂ ਦਾ
ਬਹੁਤ ਜ਼ਿਆਦਾ ਸਹਿਯੋਗ ਹੈ। ਇਸ ਕਰਕੇ ਪੇਜ ਜਿਹੜਾ ਹੈਗਾ ਦਿਨ ਰਾਤ ਚੌਗਣੀ ਤਰੱਕੀ ਕਰ ਰਿਹਾ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਕ ਦੋ ਦਿਨ ਤਿੰਨ ਦਿਨ ਬਾਅਦ ਜਿਹੜਾ ਹੈਗਾ ਲਾਈਵ ਹੁੰਦੇ ਆ, ਅੱਗੇ ਰੋਜ਼ ਲਾਈਵ ਹੁੰਦੇ ਸੀ, ਕਿਉਂਕਿ ਕਈ ਐਸੇ ਰੁਝੇਵੇਂ ਜਿਹੜੇ ਹੁੰਦੇ ਨੇ ਉਹ ਪਰਿਵਾਰਕ ਕਰਕੇ ਆ ਜਾਂਦੇ ਨੇ, ਤੇ ਇਸ ਕਰਕੇ ਸ਼ੇਅਰ ਜਿਹੜਾ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਹੁੰਦਾ ਆ। ਤੇ ਇਸ ਕਰਕੇ ਤੁਹਾਡਾ ਪਿਆਰ ਜਦੋਂ ਮਿਲਦਾ ਹੈ, ਜਦੋਂ ਤੁਸੀਂ ਯਾਦ ਕਰੋ, ਤੇ ਉਦੋਂ ਹੀ ਮਤਲਬ ਕਿ ਦਾਸ ਦੀ ਡਿਊਟੀ ਲੱਗੀ ਹੁੰਦੀ ਹੈ, ਕਿਉਂਕਿ ਇਸ ਵੇਲੇ ਲੋਕਡਾਊਨ ਕਰਕੇ ਜਿਹੜੇ ਸਾਡੇ ਮਦਦ ਕਰਦੇ ਹੁੰਦੇ ਆ, ਜਿਹੜਾ ਸਿਸਟਮ ਨੂੰ ਸਾਰਾ ਚਲਾਉਂਦੇ ਆ, ਉਹ ਵੀ ਵਿਚਾਰੇ ਜਿਹੜੇ ਹੈਗੇ ਆ ਨਹੀਂ ਆ ਸਕਦੇ ਹੈਗੇ। ਇਸ ਕਰਕੇ ਕਿਉਂਕਿ ਡਰ ਮਨਾਂ ਦੇ ਵਿੱਚ ਬੈਠਾ ਹੋਇਆ ਕਿ ਕਰੋਨਾ ਦਾ, ਕਿ ਜੇ ਉਹ ਨਾ ਹੋਵੇ ਕਿ ਰੱਬ ਕਰੇ ਮੈਨੂੰ ਕਰੋਨਾ ਹੋਇਆ ਤੇ ਕਿਤੇ ਤੁਹਾਨੂੰ ਨਾ ਹੋ ਜਾਏ, ਜੇ ਤੁਹਾਨੂੰ ਹੋਇਆ ਤੇ ਕਿਤੇ ਮੈਨੂੰ ਨਾ ਹੋ ਜਾਏ। ਇਹ ਜਿਹੜਾ ਡਰ ਜਿਹੜਾ ਹੈਗਾ ਇਸ ਵੇਲੇ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ, ਤੇ ਸਾਰਾ ਸਿਸਟਮ ਜਿਹੜਾ ਹੈਗਾ ਆ ਉਹ ਫਿਰ ਖੁਦ ਨੂੰ ਜਦੋਂ ਚਲਾਉਣਾ ਪੈਂਦਾ, ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਜਿਹੜਾ ਹੈਗਾ ਆ ਲਾਈਵ ਜਿਹੜਾ ਹੈਗਾ ਆ ਦੋ ਤਿੰਨ ਦਿਨ ਬਾਅਦ ਲਾਈਵ ਹੋਈਦਾ, ਕਿ ਜਦੋਂ ਕੋਈ ਗੈਸਟ ਵੀ ਜਿਹੜੇ ਮਿਲ ਜਾਂਦੇ ਨੇ ਤੇ ਉਹ ਤੁਹਾਡੇ ਰੂਬਰੂ ਕਰੀਦੇ ਹਨ ਤੇ ਨਵੀਂ ਤੋਂ ਨਵੀਂ ਕੋਈ ਜਾਣਕਾਰੀ ਜਿਹੜੀ ਹੈਗੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ। ਇਸ ਕਰਕੇ ਥੋੜਾ ਜਿਹਾ ਟਾਈਮ ਜਿਹੜਾ ਹੈਗਾ ਆ ਲੱਗ ਰਿਹਾ, ਜਦੋਂ ਗਾਂਹ ਲੋਕਡਾਊਨ ਖੁੱਲ ਜਾਣਾ ਆ ਤਾਂ ਫਿਰ ਕੋਸ਼ਿਸ਼ ਇਹੀ ਕਰਾਂਗੇ ਕਿ ਤੁਹਾਡੇ ਰੂਬਰੂ ਜਿਹੜਾ ਹੈਗਾ ਆ ਕੋਈ ਟਾਈਮ ਸੈੱਟ ਕਰਕੇ ਤੁਹਾਡੇ ਰੂਬ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਆ ਉਹ ਕੀਤਾ ਜਾਵੇ। ਤੇ ਇੱਥੇ ਹੀ ਫਤਿਹ ਬੁਲਾਉਂਦੇ ਹਾਂ, ਇਸ ਲਾਈਵ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਕੋਈ ਹੋਰ ਜਾਣਕਾਰੀ ਸਾਡੇ ਨਾਲ ਸ਼ੇਅਰ ਕਰਨੀ ਹੋਵੇ, ਵਟਸਐਪ ਦਾ ਨੰਬਰ ਜਿਹੜਾ ਹੈਗਾ ਆ ਉਹ ਇਸ ਪੇਜ ਦੇ ਉੱਤੇ ਵੀ ਹੈ, ਤੇ ਇਹ ਜਿਹੜੀ ਪੱਟੀ ਚੱਲ ਰਹੀ ਹੈਗੀ ਆ ਇਹਦੇ ਤੇ ਵੀ ਵਟਸਐਪ ਦਾ ਨੰਬਰ ਹੈ, ਯੂਟਿਊਬ ਚੈਨਲ ਦਾ ਨੰਬਰ ਹੈ, ਇੰਸਟਾਗ੍ਰਾਮ ਦਾ ਨੰਬਰ ਹੈ। ਕੋਈ ਵੀ ਆਪਣਾ ਮੈਸੇਜ ਸਾਡੇ ਨਾਲ ਸ਼ੇਅਰ ਕਰਨਾ ਹੋਵੇ ਤੇ ਤੁਸੀਂ ਬੇਝਿਜਕ ਹੋ ਕੇ ਤੁਸੀਂ ਸ਼ੇਅਰ ਕਰ ਸਕਦੇ ਹੋ। ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਜਾਂ ਸਾਡੇ ਨਾਲ ਸਾਂਝੀ ਕਰਨੀ ਹੋਵੇ ਤੇ ਤੁਸੀਂ ਲੈ ਸਕਦੇ ਹੋ, ਦੇ ਸਕਦੇ ਹੋ। ਤੇ ਬਹੁਤ ਬਹੁਤ ਇੱਕ ਵਾਰੀ ਫੇਰ ਇੰਟਰਨੈਸ਼ਨਲ ਭਾਰਤੀ ਕੌਂਸਲ ਦਾ, ਨਿਊ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇਹ ਪਤਵੰਤੇ ਸੱਜਣ ਜਿਹੜੇ ਹੈਗੇ ਆ ਸਾਡੇ ਇਸ ਲਾਈਵ ਦੇ ਵਿਹੜੇ ਦੇ ਵਿੱਚ ਆਏ ਨੇ। ਸਾਂਝਾ ਪੰਜਾਬ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਕਿ ਜਿਹੜਾ ਤੁਸੀਂ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਹੋਇਆ ਆ ਉਸ ਪ੍ਰੋਜੈਕਟ, ਉਹ ਪਰਮਾਤਮਾ ਜਿਹੜਾ ਹੈਗਾ ਅੰਗ ਸੰਗ ਸਹਾਈ ਹੋ ਕੇ ਇਸ ਪ੍ਰੋਜੈਕਟ ਨੂੰ ਜਿਹੜਾ ਹੈਗਾ ਨੇਪਰੇ ਚਾੜੇ। ਜਿਹੜੀ ਸੋਚ ਲੈ ਕੇ ਤੁਸੀਂ ਆਏ ਹੋ ਉਸ ਸੋਚ ਨੂੰ ਜਿਹੜਾ ਹੈਗਾ ਹੋਰ ਗਾਂਹ ਨੂੰ ਵਧਾਵੇ, ਤਾਂ ਜੋ ਪ੍ਰਫੁੱਲਤ ਸੋਚ ਲੈ ਕੇ ਜਿਸ ਮਨੁੱਖਤਾ ਦੀ ਤੁਸੀਂ ਸੇਵਾ ਕਰਨ ਜਾ ਰਹੇ ਹੋ ਜਾਂ ਕਰ ਰਹੇ ਹੋ, ਉਹ ਮਨੁੱਖਤਾ ਦੀ ਸੇਵਾ ਜਿਹੜੀ ਹੈਗੀ ਆ ਉਹ ਪਰਮਾਤਮਾ ਤੁਹਾਡੇ ਕੋਲ ਖੁਦ ਹੀ ਇਸ ਤਰ੍ਹਾਂ ਹੀ ਲੈਂਦਾ ਰਹੇ। ਇੱਕ ਵਾਰੀ ਫੇਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਮਾਨਵਤਾ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਾਸਾਂ ਵੱਲੋਂ ਤੇ ਸਾਂਝਾ ਪੰਜਾਬ ਲਾਈਵ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਇੱਥੇ ਫਤਿਹ ਬੁਲਾਉਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।